ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਖਾਲਸਾ ਸਹਾਸੰਗਤ ਜੀ ਅੱਜ ਕਾਫੀ ਦਿਨਾਂ ਦੇ ਬਾਅਦ ਆਪ ਸੰਗਤ ਦੇ ਨਾਲ ਰੂਬਰੂ ਹੋ ਰਹੇ ਆ ਸੁ ਪਿਛਲੇ ਕਈ ਦਿਨਾਂ ਤੋਂ ਆਪ ਜੀ ਸਰਵਣ ਕਰ ਰਹੇ ਹੋ ਕਿ ਬ੍ਰਹਮ ਕਵਜ ਦੀ ਬਾਣੀ ਦੇ ਨਾਮ ਦੇ ਉੱਪਰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਉਹ ਸਾਹਮਣੇ ਆਈਆਂ ਨੇ ਇਆਪੂ ਆਪਣੇ ਹਿਸਾਬ ਦੇ ਨਾਲ ਹਰ ਇੱਕ ਵਿਅਕਤੀ ਜਿਹੜਾ ਉਹ ਆਪਣਾ ਪੱਖ ਪੇਸ਼ ਕਰਨ ਦਾ ਯਤਨ ਕਰ ਰਿਹਾ ਤੇ ਸਾਰੀ ਗੱਲ ਜੋ ਸ਼੍ਰੀਮਾਨ ਸੰਤ ਗਿਆਨੀ ਬਾਬਾ ਹਨਾਂਮ ਸਿੰਘ ਜੀ ਖਾਲਸਾ ਮੁਖੀ ਦੰਦਮੀ ਟਕਸਾਲ ਉਹਨਾਂ ਦੇ ਨਾਮ ਤੋਂ ਸ਼ੁਰੂ ਹੁੰਦੀ ਹੈ ਤੇ ਫਿਰ ਉਸ ਤੋਂ ਬਾਅਦ ਆਪਣੇ ਆਪ ਨੂੰ ਪੰਥ ਦੇ ਵਿਦਵਾਨ ਮੰਨਣ ਵਾਲੇ ਕੁਝ ਇੱਕ ਲੋਕ ਇਸ ਗੱਲ ਦਾ ਫਿਰ ਨਿਰਣਾ ਕਰਨ ਲੱਗ ਪੈਂਦੇ ਨੇ ਕਿ ਜੀ ਕਿਹੜੀ ਗੱਲ ਠੀਕ ਹੈ ਤੇ ਕਿਹੜੀ ਗੱਲ ਗਲਤ ਹੈ ਉਸੇ ਦੇ ਪਰਥਾਏ ਆਪ ਸੰਗਤਾਂ ਦੇ ਨਾਲ ਕੁਝ ਇੱਕ ਵਿਚਾਰਾ ਰੱਖ ਕਰਕੇ ਤੇ ਆਪਾਂ ਫਤੇ ਬੁਲਾ ਲੈਣੀ ਆ ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਸਾਰੀ ਸੰਗਤ ਜੁੜੀ ਰਹਿੰਦੀ ਹੈ ਆਪ ਜੀ ਦਾਸ ਨਾਲੋਂ ਬਿਹਤਰ ਜਾਣਦੇ ਹੋ ਤੇ ਸੁਣਦੇ ਵੀ ਹੋ ਸੋ ਪੂਰਾ ਦੀਵਾਨ ਗੁਰਸਿੱਖੋ ਜਿਸ ਦਿਨ ਬਾਬਾ ਹਨਾਮ ਸਿੰਘ ਜੀ ਉਹਨਾਂ ਨੇ ਇਹ ਵਿਚਾਰ ਰੱਖੀ ਹੈ ਤੇ ਜਿਹੜੀਆਂ ਸੰਗਤਾਂ ਨੇ ਸਰਵਣ ਕੀਤਾ ਉਹ ਤੇ ਜਾਣਦੇ ਹੋਣਗੇ ਤੇ ਜਿਨ੍ਹਾਂ ਨੂੰ ਨਹੀਂ ਪਤਾ ਮੈਂ ਉਹਨਾਂ ਦੇ ਗਿਆਤ ਵਾਸਤੇ ਬੇਨਤੀ ਕਰਦਾ ਜਾਵਾਂਗਾ ਕਿ ਕਥਾ ਚੱਲ ਰਹੀ ਸੀ ਗੁਰੂ ਸਾਹਿਬ ਜੀ ਦੇ ਜੀਵਨ ਦੀ ਪਰਥਾਏ ਤੇ ਕਥਾ ਦੇ ਵਿੱਚ ਚਲਦਿਆਂ ਚਲਦਿਆਂ ਵਚਨ ਆਇਆ ਕਿ ਮਹਾਰਾਜ ਨੇ ਆਪਣੇ ਗੁਰਸਿੱਖ ਨੂੰ ਇਹ ਵਚਨ ਕੀਤੇ ਕਿ ਭਾਈ ਹਮੇਸ਼ਾ ਗੁਰੂ ਕੀ ਗੁਰਬਾਣੀ ਪੜ੍ਹਨੀ ਚਾਹੀਦੀ ਹੈ ਕੱਚੀ ਬਾਣੀ ਤੋਂ ਕਿਨਾਰਾ ਕਰਨਾ ਚਾਹੀਦਾ ਕੱਚੀ ਬਾਣੀ ਜਿਹੜੀ ਹੈ ਉਹ ਗੁਰਸਿੱਖ ਵਾਸਤੇ ਨਹੀਂ ਆ ਗਾਵੋ ਗੁਰ ਸਿਕ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਤੋਂ ਸਤਿਗੁਰੂ ਮਹਾਰਾਜ ਕਹਿੰਦੇ ਵੀ ਗੁਰੂ ਸਾਹਿਬ ਤੋਂ ਬਗੈਰ ਬਾਕੀ ਸਾਰੀ ਦੀ ਸਾਰੀ ਬਾਣੀ ਕੱਚੀ ਐ ਕੋਈ ਕਿੰਨੇ ਵੀ ਸੁੰਦਰ ਸ਼ਬਦ ਕਿਉਂ ਨਾ ਹੋਣ ਕਿੰਨੇ ਵੀ ਤੁਕਬੰਦੀ ਚੰਗੀ ਕਿਉਂ ਨਾ ਹੋਵੇ ਉਹ ਕੋਈ ਕਵਿਤਾ ਹੋ ਸਕਦੀ ਕੋਈ ਗੀਤ ਹੋ ਸਕਦਾ ਕਿਸੇ ਦੇ ਮਨ ਦੀ ਭਾਵਨਾ ਹੋ ਸਕਦੀ ਪਰ ਉਹ ਗੁਰਬਾਣੀ ਨਹੀਂ ਕਹੀ ਜਾ ਸਕਦੀ ਭਾਵੇਂ ਕਿ ਉਹਦੇ ਵਿੱਚੋਂ ਸਮਾਜ ਨੂੰ ਕੋਈ ਸੇਹ ਦੀ ਮਿਲਦੀ ਹੋਵੇ ਤੇ ਆਪਾਂ ਉਹਨੂੰ ਇੱਕ ਚੰਗਾ ਲਿਖਾਰੀ ਮੰਨਾਂਗੇ ਉਹਨੂੰ ਗੁਰੂ ਸਾਹਿਬ ਜੀ ਦੇ ਬਰਾਬਰ ਤਸਵੀਰ ਨਹੀਂ ਦੇ ਸਕਾਂਗੇ ਸੋ ਬਾਬਾ ਜੀ ਨੇ ਬਚਨ ਕਰਤਾ ਕਿ ਪਾਈ ਗੁਰ ਸਿੱਖ ਵਾਸਤੇ ਪੱਕੀ ਬਾਣੀ ਪੜ੍ਹਨੀ ਜ਼ਰੂਰੀ ਹੈ ਤੇ ਨਾਲ ਹੀ ਫਿਰ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਉਸ ਦਿਨ ਕਥਾ ਦੇ ਵਿੱਚ ਕੀਤਾ ਕਿ ਅੱਜ ਕੱਲ ਵੀ ਬਹੁਤ ਵੱਡਾ ਰੌਲਾ ਪਾਇਆ ਜਾ ਰਿਹਾ ਹੈ ਕਿ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਮ ਦੇ ਉੱਪਰ ਬਹੁਤ ਸਾਰੀਆਂ ਰਚਨਾਵਾਂ ਉਹ ਸੰਗਤ ਦੇ ਵਿੱਚ ਪੇਸ਼ ਕੀਤੀਆਂ ਜਾ ਰਹੀਆਂ ਹਨ ਤੇ ਕਿਹਾ ਜਾ ਰਿਹਾ ਹੈ ਕਿ ਜੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕ੍ਰਿਤਾ ਹੈ ਤੇ ਇਹਨੂੰ ਪੜੋ ਤੇ ਇਹਦੇ ਪੜਨ ਦੇ ਨਾਲ ਜੋ ਬ੍ਰਹਮ ਕਵਚ ਉਗਰਦੰਤੀ ਗੋਬਿੰਦ ਗੀਤਾ ਮਹাপুরਖਾਂ ਨੇ ਜ਼ਿਕਰ ਕੀਤਾ ਇਹਨਾਂ ਬਾਣੀਆਂ ਦਾ ਤੇ ਸੰਗੇਤ ਜੀ ਪਹਿਲਾਂ ਆਪਾਂ ਥੋੜਾ ਜਿਆਦੇ ਤੇ ਵਿਚਾਰ ਕਰ ਲਈਏ ਕਿ ਇਹ ਮੁੱਦਾ ਕਿਵੇਂ ਬਣਿਆ ਜਾਂ ਇਹਦੇ ਉੱਪਰ رائے ਦੇਣ ਵਾਲੇ ਜਿਹੜੇ ਸੱਜਣ ਨੇ ਉਹਨਾਂ ਦੇ ਪਰਿਥਾਏ ਆਪਾਂ ਗੱਲ ਕਰਨੀ ਹੈ ਪਰ ਇਹਦਾ ਪੜਨ ਦਾ ਲਾਭ ਕੀ ਹੈ ਜਾਂ ਜਿਹੜੇ ਮਨੋਖੇ ਇਸ ਗੱਲ ਦੇ ਉੱਪਰ ਪਹਿਰਾ ਦੇ ਰਹੇ ਨੇ ਜੀ ਨਹੀਂ ਬਾਬਾ ਨਾਮ ਸਿੰਘ ਜੀ ਉਹਨਾਂ ਨੇ ਇਹ ਗੱਲ ਗਲਤ ਕਹੀ ਹੈ ਜੋ ਕੀ ਸਾਬਤ ਕਰਨਾ ਚਾਹੁੰਦੇ ਨੇ ਕਿ ਐਸਾ ਕਿਹੜਾ ਬ੍ਰਹਮ ਕਵਚ ਪਾ ਕੇ ਤੇ ਕਿਹੜੇ ਮੈਦਾਨੇ ਜੰਗ ਦੇ ਅੰਦਰ ਉਹਨਾਂ ਨੇ ਜੂਝਣਾ ਵੀ ਜਿਹੜੇ ਉਹਨਾਂ ਦੇ ਬ੍ਰਹਮ ਕਵਚ ਬਾਬਾ ਜੀ ਨੇ ਲੁਹਾ ਦਿੱਤੇ ਤੇ ਇਸੇ ਕਰਕੇ ਜਿਹੜੇ ਉਹ ਹੁਣ ਮੈਦਾਨੇ ਜੰਗ ਦੇ ਵਿੱਚ ਨਹੀਂ ਜਾ ਸਕਦੇ ਤੇ ਇਸ ਬਾਣੀ ਨੂੰ ਪੜਨ ਦਾ ਫਿਰ ਲਾਭ ਕੀ ਹੈ ਕਿ ਜਿਵੇਂ ਬ੍ਰਹਮਾ ਨੇ ਸ਼ਕਤੀ ਦੇ ਕਰਕੇ ਦੇਵਤਿਆਂ ਦੀ ਰਾਖੀ ਵਾਸਤੇ ਉਹਨਾਂ ਨੂੰ ਕਵਚ ਦਿੱਤਾ ਤੇ ਹੁਣ ਗੁਰਸਿੱਖ ਵੀ ਉਹ ਕਵਚ ਭਾਲਦੇ ਨੇ ਇਸੇ ਕਰਕੇ ਬ੍ਰਹਮ ਕਵਚ ਜਿਹੜਾ ਉਹ ਪੜਨਾ ਚਾਹੁੰਦੇ ਨੇ ਸੋ ਰਹੁ ਵਿਚਾਰ ਇਸੇ ਦੇ ਪਰਥਾਏ ਯੂ ਐਸ ਏ ਤੋਂ ਕੁਝ ਇੱਕ ਸਿੰਘਾਂ ਨੇ ਇਸ ਗੱਲ ਨੂੰ ਬਹੁਤ ਹੀ ਹਵਾ ਦਿੱਤੀ ਹੈ ਜਿਨ੍ਹਾਂ ਦੇ ਵਿੱਚ ਭਾਈ ਜਸਵਿੰਦਰ ਸਿੰਘ ਜੀ ਤੇ ਗੁਰਪ੍ਰੀਤ ਸਿੰਘ ਜੀ ਕੈਲੀਫੋਰਨੀਆ ਸੋ ਦੋਵੇਂ ਸਿੰਘਾਂ ਨੇ ਜਿਹੜਾ ਉਹ ਇਸ ਗੱਲ ਨੂੰ ਬਹੁਤ ਅੱਗੇ ਵਧਾਇਆ ਚੜਾਇਆ ਤੇ ਜਦੋਂ ਸੰਗਤ ਜੀ ਇਹ ਵਿਚਾਰ ਹੋਈ ਬਾਬਾ ਜੀ ਨੇ ਆਪਣੀ ਕਥਾ ਦੇ ਵਿੱਚ ਜ਼ਿਕਰ ਕੀਤਾ ਤੇ ਉਸ ਤੋਂ ਬਾਅਦ ਬਹੁਤ ਸਾਰੇ ਚੁੰਗ ਗਿਆਨੀਆਂ ਦੇ ਫੋਨ ਜਾਣੇ ਸ਼ੁਰੂ ਹੋਏ ਮੈਸੇਜ ਜਾਣੇ ਸ਼ੁਰੂ ਹੋਏ ਕਿ ਜੀ ਇਹ ਠੀਕ ਹੈ ਇਹ ਗਲਤ ਹੈ ਇਹ ਨਹੀਂ ਕਹਿਣਾ ਚਾਹੀਦਾ ਸੀ ਤੇ ਉਹ ਨਹੀਂ ਕਹਿਣਾ ਚਾਹੀਦਾ ਸੀ ਤੇ ਉਸ ਤੋਂ ਬਾਅਦ ਫਿਰ ਗਿਆਨੀ ਜੀਵਾ ਸਿੰਘ ਜੀ ਹੋਣਾ ਨੇ ਤੇ ਗਿਆਨੀ ਸਾਹਿਬ ਜੀ ਹਿੰਦੀ ਹੋਣਾ ਨੇ ਇੱਕ ਪੋਸਟ ਪਾਈ ਕਿ ਭਾਈ ਜੇਕਰ ਕਿਸੇ ਨੂੰ ਲੱਗਦਾ ਹੈ ਜੇ ਇਸ ਵਿਸ਼ੇ ਦੇ ਉੱਪਰ ਕੋਈ ਵਿਚਾਰ ਕਰਨੀ ਚਾਹੁੰਦਾ ਤੇ ਉਹ ਤੁਸੀਂ ਜਦੋਂ ਮਰਜ਼ੀ ਆ ਕਰਕੇ ਵਿਚਾਰ ਸਾਂਝੀ ਕਰ ਸਕਦੇ ਹੋ ਤੇ ਇਸ ਗੱਲ ਦਾ ਫਿਰ ਨਿਰਣਾ ਕੀਤਾ ਜਾ ਸਕਦਾ ਵੀ ਭਾਈ ਇਹ ਵਾਕਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੁਆਰਾ ਰਚਿਤ ਬਾਣੀਆਂ ਹਨ ਜਾਂ ਨਹੀਂ ਨੇ ਤੇ ਉਹਨਾਂ ਤੋਂ ਬਾਅਦ ਗੁਰਸਿੱਖੋਂ ਕਿਸੇ ਨੇ ਵੀ ਕੋਈ ਐਸਾ ਹਿਲਾ ਨਹੀਂ ਕੀਤਾ ਵੀ ਅਸੀਂ ਜਾ ਕਰਕੇ ਵਿਚਾਰ ਕਰ ਲਈਏ ਜਾਂ ਜਾ ਕਰਕੇ ਅਸੀਂ ਗੱਲ ਕਰ ਲਈਏ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੱਖਰੀ ਜੰਗ ਛੇੜ ਦਿੱਤੀ ਜਿਹਦੇ ਵਿੱਚ ਸਭ ਤੋਂ ਪਹਿਲਾਂ ਗੁਰਪ੍ਰੀਤ ਸਿੰਘ ਜੀ ਕੈਲੀਫੋਰਨੀਆ ਉਹਨਾਂ ਨੇ ਕਿਹਾ ਜੀ ਮੈਂ ਇਸ ਚੈਲੰਜ ਨੂੰ ਕਬੂਲ ਕਰਦਾ ਤੇ ਮੈਂ ਚੈਲੰਜ ਕਰਦਾ ਵੀ ਮੇਰੇ ਨਾਲ ਵਿਚਾਰ ਕਰੋ ਤੇ ਨਾਲ ਉਹਨਾਂ ਨੇ ਦਲੀਲ ਦਿੱਤੀ ਵੀ ਮੈਨੂੰ ਬਾਬਾ ਬਲਬੀਰ ਸਿੰਘ ਜੀ ਦਲਪੰਥ ਉਹ ਵੱਡਾ ਦਲ ਵੱਲੋਂ ਮੈਨੂੰ ਹੁਕਮ ਹੋਇਆ ਕਿ ਤੁਸੀਂ ਜਾ ਕੇ ਚਰਚਾ ਕਰੋ ਤੇ ਉਸ ਤੋਂ ਬਾਅਦ ਫਿਰ ਚਰਚਾ ਦੇ ਨਾਮ ਦੇ ਉੱਪਰ ਜੋ ਅਗਲੀਆਂ ਪਿਛਲੀਆਂ ਗੱਲਾਂ ਉਹਨਾਂ ਨੇ ਕੱਡੀਆਂ ਤੁਸੀਂ ਸਾਰਿਆਂ ਨੇ ਸੁਣੀਆਂ ਨੇ ਸੋ ਚਰਚਾ ਤੇ ਹੋਣੀ ਚਾਹੀਦੀ ਸੀ ਇਸ ਵਿਸ਼ੇ ਤੇ ਕਿ ਇਹ ਕਿਰਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਹੈ ਜਾਂ ਨਹੀਂ ਹੈ ਪਰ ਉਸ ਚੀਜ਼ ਨੂੰ ਲਾਂਭੇ ਛੱਡ ਕੇ ਨਿੱਜੀ ਜੀਵਨ ਦੇ ਉੱਪਰ ਦੂਸ਼ਣਵਾਜੀ ਕੌਣ ਕਿੱਥੇ ਜਾਂਦਾ ਹੈ ਕੌਣ ਕੀ ਕਰਦਾ ਹੈ ਕਿੰਨੇ ਕਿੱਥੇ ਪ੍ਰਸ਼ਾਦਾ ਛਕਿਆ ਜਾਂ ਕਿੰਨੇ ਕਿਹਨੂੰ ਬਚਾਇਆ ਇਹ ਸਾਰਾ ਕੁਝ ਬਾਬੇਲਾ ਹਜੇ ਤੱਕ ਜਿਉਂਦਾ ਤੂੰ ਚੱਲ ਰਿਹਾ ਘਰਾਂ ਤੱਕ ਪਰਿਵਾਰਾਂ ਤੱਕ ਪਹੁੰਚ ਕਰਕੇ ਤੇ ਦਮਦਮੀ ਟਕਸਾਲ ਦੇ ਸਿੰਘਾਂ ਨੇ ਕਿਸੇ ਨੂੰ ਵੀ ਐਸਾ ਕੋਈ ਅਪਸ਼ਬਦ ਪਹਿਲਾਂ ਨਹੀਂ ਬੋਲਿਆ ਉਸ ਤੋਂ ਪਹਿਲ ਕਦਮੀ ਜਿਹੜੀ ਹੈ ਇਹਨਾਂ ਕੋਲ ਸਿੱਖਾਂ ਨੇ ਕੀਤੀ ਕਿ ਬਾਬਾ ਜੀ ਦੇ ਨਿੱਜੀ ਜੀਵਨ ਤੱਕ ਇਹਨਾਂ ਨੇ ਗੱਲਾਂ ਕੀਤੀਆਂ ਤਾਂ ਫਿਰ ਉਸ ਤੋਂ ਅੱਗੇ ਇਹ ਗੱਲ ਵੱਧ ਗਈ ਹੈ ਤੇ ਹੁਣ ਗੱਲ ਇੱਥੇ ਆ ਕੇ ਖਲੋ ਗਈ ਹੈ ਕਿ ਜਦੋਂ ਪੁੱਛਿਆ ਗਿਆ ਕਿ ਆ ਵੀ ਬਾਬਾ ਬਲਬੀਰ ਸਿੰਘ ਜੀ ਹੁਣਾਂ ਨੇ ਜੇਕਰ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਸੀ ਤੇ ਬਾਬਾ ਬਲਬੀਰ ਸਿੰਘ ਜੀ ਹੁਣੀ ਕਿਹੜਾ ਸੰਗਤ ਜੀ ਕਿਤੇ ਭੱਜੇ ਹੋਏ ਨੇ ਬਾਬਾ ਹਰਨਾਮ ਸਿੰਘ ਜੀ ਹੁਣਾਂ ਦੇ ਨਾਲ ਹਰ ਸਟੇਜ ਦੇ ਉੱਪਰ ਉਹ ਬੈੰਦੇ ਨੇ ਹਰ ਗੁਰਮਤ ਸਮਾਗਮ ਦੇ ਵਿੱਚ ਉਹ ਸਟੇਜ ਸਾਂਝੀ ਕਰਦੇ ਨੇ ਇੰਨਾਂ ਹੀ ਨਹੀਂ ਬਾਬਾ ਅਵਤਾਰ ਸਿੰਘ ਜੀ ਵਿਧੀ ਚੰਦੀਏ ਉਹ ਵੀ ਮਹਾਂਪੁਰਖਾਂ ਦੇ ਨਾਲ ਨੇ ਸਾਰੇ ਦੇ ਸਾਰੇ ਸੰਤ ਮਹਾਂਪੁਰਖ ਜਿੰਨੇ ਵੀ ਪੰਥ ਦੇ ਵਿੱਚ ਸਤਕਾਰਯੋਗ ਹਸਤੀਆਂ ਨੇ ਉਹ ਕਿਹੜੀ ਐਸੀ ਸਟੇਜ ਆ ਸ਼੍ਰੋਮਣੀ ਕਮੇਟੀ ਦੀ ਜਾਂ ਖਾਲਸਾ ਪੰਥ ਨਾਲ ਸੰਬੰਧਿਤ ਸਮਾਗਮਾਂ ਦੀ ਜਿੱਥੇ ਬਾਬਾ ਹਨਾਮ ਸਿੰਘ ਜੀ ਜਾਂਦੇ ਹੋਣ ਤੇ ਇਹ ਗੁਰਸਿੱਖ ਜਿਹੜੇ ਨੇ ਜਾਂ ਜਥੇਬੰਦੀਆਂ ਦੇ ਮੁਖੀ ਸਹਿਬਾਨ ਨੇ ਇਹ ਨਹੀਂ ਜਾਂਦੇ ਤੇ ਜਿਹੜੇ ਗੁਰਸੇਕਾ ਅੱਜ ਫੋਟੋਆਂ ਪਾ ਰਹੇ ਨੇ ਜ਼ੂਮ ਕਰ ਕਰਕੇ ਤੇ ਉਹ ਜਰਾ ਉਹਨਾਂ ਨੂੰ ਹੋਰ ਵਾਈਡ ਕਰਕੇ ਦੇਖ ਲਓ ਕਿ ਕੀ ਉਸ ਸਟੇਜ ਦੇ ਉੱਪਰ ਕੱਲੇ ਬਾਬਾ ਅਨਾਮ ਸਿੰਘ ਜੀ ਹੁੰਦੇ ਨੇ ਇਹ ਬਾਕੀ ਦਲਪੰਥ ਦੇ ਸਿੰਘ ਉਹ ਜਿੱਥੇ ਬੰਦਿਆਂ ਦੇ ਸਿੰਘ ਉੱਥੇ ਨਾਲ ਨਹੀਂ ਪੈਂਦੇ ਉੱਠਦੇ 6 ਜੂਨ ਦਾ ਸਮਾਗਮ ਮਹਿਤੇ ਕੀਤਾ ਜਾਂਦਾ ਹਰ ਸਾਲ ਚਲੋ ਇਸ ਵਾਰ ਕਰੋਨਾ ਦੇ ਕਰਕੇ ਜਿਹੜਾ ਉਹ ਸਮਾਗਮ ਉਹਨੇ ਵੱਡੇ ਪੱਧਰ ਤੇ ਨਹੀਂ ਕੀਤਾ ਗਿਆ ਸੰਗਤ ਦੀ ਆਮਦ ਇੰਨੀ ਵੱਡੇ ਪੱਧਰ ਤੇ ਨਹੀਂ ਹੋਈ ਤੇ ਉਸ ਤੋਂ ਪਹਿਲਾਂ ਹਰ ਸਮਾਗਮ ਦੇ ਵਿੱਚ ਸਟੇਜ ਦੇ ਉੱਪਰ ਹਰ ਇੱਕ ਜਥੇਬੰਦੀ ਦਾ ਹਰ ਇੱਕ ਧੜੇ ਦਾ ਹਰ ਇੱਕ ਦਲਪੰਥ ਦਾ ਮੋਹਦਵਾਰ ਸੱਜਣਾ ਕਰਕੇ ਬਾਬਾ ਜੀ ਨਾਲ ਸਟੇਜ ਸਾਂਝੀ ਕਰਦੇ ਨੇ ਤੇ ਕੀ ਗੱਲ ਉਹ ਉੱਥੇ ਵਿਚਾਰ ਨਹੀਂ ਸੀ ਕਰ ਸਕਦੇ ਜਾਂ ਗੱਲ ਨਹੀਂ ਸੀ ਕਰ ਸਕਦੇ ਜਾਂ ਪੰਜਾਬ ਦੀ ਧਰਤੀ ਦੇ ਉੱਪਰ ਵਿਦਵਾਨ ਮੁੱਕ ਗਏ ਸੀ ਕਿ ਜਿਹੜੇ ਵਿਦੇਸ਼ਾਂ ਦੀ ਧਰਤੀ ਤੋਂ ਮੇਰੇ ਵਰਗੇ ਜਿਨ੍ਹਾਂ ਨੂੰ ਕਿਸੇ ਗਿਣਤੀ 'ਚ ਵੀ ਨਹੀਂ ਗਿਣਿਆ ਜਾਂਦਾ ਤੇ ਉਹ ਆਪਣੇ ਆਪ ਨੂੰ ਵਿਦਵਾਨ ਸਾਬਤ ਕਰਕੇ ਤੇ ਦਮਦਮੇ ਟਕਸਾਲ ਨੂੰ ਚੈਲੰਜ ਕਰਨ ਸੋ ਇਹ ਗੱਲ ਭਾਈ ਗੁਰਪ੍ਰੀਤ ਸਿੰਘ ਹੁਣਾਂ ਨੇ ਕੀਤੀ ਤੇ ਮੁੜ ਕੇ ਫਿਰ ਆਪਣੀਆਂ ਹੀ ਕੀਤੀਆਂ ਗੱਲਾਂ ਤੋਂ ਜਿਹੜਾ ਲਾਂਬੇ ਹੋਣਾ ਪਿਆ ਜੀ ਅਸੀਂ ਫਿਰ ਆਵਾਂਗੇ ਅਜਿਆ ਨਹੀਂ ਸਕਦੇ ਤੇ ਇਹ ਹੈ ਤੇ ਉਹ ਹੈ ਸੋ ਭਾਵੇਂ ਕਿ ਜਿਸ ਵਿਸ਼ੇ ਤੇ ਵਿਚਾਰ ਹੋਣੀ ਸੀ ਉਸ ਵਿਸ਼ੇ ਤੋਂ ਹਟ ਕੇ ਨਿੱਜੀ ਜੀਵਨ ਤੱਕ ਇੱਕ ਦੂਜੇ ਵਾਸਤੇ ਉਹ ਕੁਝ ਬੋਲਿਆ ਗਿਆ ਜਿਹੜਾ ਨਹੀਂ ਸੀ ਬੋਲਣਾ ਚਾਹੀਦਾ ਉਹਨਾਂ ਤੋਂ ਬਾਅਦ ਵਾਰੀ ਆਉਂਦੀ ਹੈ ਭਾਈ ਜਸਵਿੰਦਰ ਸਿੰਘ ਹੁਣਾਂ ਦੀ ਜਿਹੜੇ ਆਪਣੇ ਆਪ ਨੂੰ ਮਹਾਂਪੁਰਖਾਂ ਦੇ ਰਿਸ਼ਤੇਦਾਰ ਵੀ ਦੱਸਦੇ ਨੇ ਤੇ ਇਹ ਵੀ ਗੱਲ ਕਹਿੰਦੇ ਨੇ ਕਿ ਸਤਕਾਰਯੋਗ ਬਾਬਾ ਠਾਕੁਰ ਸਿੰਘ ਜੀ ਹੁਣਾਂ ਦੇ ਨਾਲ ਉਹ ਵਿਚਰਦੇ ਰਹੇ ਨੇ ਤੇ ਇੱਥੇ ਮੈਂ ਜ਼ਿਕਰ ਕਰਦਾ ਜਾਵਾਂ ਕਿ ਅੱਜ ਜੇਕਰ ਉਹ ਜੂਸ ਐਸੇ ਦੀ ਧਰਤੀ ਦੇ ਉੱਪਰ ਵਸੇ ਹੋਏ ਨੇ ਤੇ ਉਹ ਵੀ ਬਾਬਾ ਠਾਕੁਰ ਸਿੰਘ ਜੀ ਹੁਣਾਂ ਦੀ ਕਿਰਪਾ ਹੀ ਆ ਕਿ ਜਿਨ੍ਹਾਂ ਦੇ ਜਥੇ ਦੇ ਨਾਲ ਸਿੰਘਾਂ ਦੇ ਨਾਲ ਬਾਹਰਲੇ ਮੁਲਕਾਂ ਦੇ ਵਿਜੇ ਲੱਗੇ ਤੇ ਅੱਜ ਆਪ ਉਹ ਆਪਣੇ ਘਰ ਪਰਿਵਾਰ ਦੇ ਆਪਣੇ ਆਪ ਨੂੰ ਸੈਟਲ ਕਰਕੇ ਵਿਦੇਸ਼ਾਂ 'ਚ ਬੈਠੇ ਨੇ ਸੋ ਉਹੀ ਬਾਬਾ ਠਾਕੁਰ ਸਿੰਘ ਜੀ ਹੁਣਾਂ ਦੀ ਕਿਰਪਾ ਦੇ ਸਦਕਾ ਵਿਦੇਸ਼ਾਂ ਦੀ ਧਰਤੀ ਦੇ ਉੱਪਰ ਆਪਣਾ ਆਨੰਦ ਦਾ ਜੀਵਨ ਬਤੀਤ ਕਰ ਰਹੇ ਨੇ ਤੇ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਕਿ ਜੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਮਹਾਂਪੁਰਖਾਂ ਦੁਆਰਾ ਇੱਕ ਗੁਟਕਾ ਛਾਪਿਆ ਗਿਆ ਸੀ ਤੇ ਜਿਹਦੇ ਵਿੱਚ ਬ੍ਰਹਮ ਕਵਚ ਦੀ ਬਾਣੀ ਛਾਪੀ ਗਈ ਸੀ। ਉਹਨਾਂ ਨੇ ਉਹਦੇ ਦਰਸ਼ਨ ਵੀ ਕਰਾਏ ਤੇ ਉਸ ਤੋਂ ਬਾਅਦ ਬਾਬਾ ਹਰਨਾਮ ਸਿੰਘ ਜੀ ਨੂੰ ਮੈਂ ਉਹ ਲਫ਼ਜ਼ ਨਹੀਂ ਵਰਤਾਂਗਾ ਕਿ ਜਿਹੜੇ ਸ਼ਬਦ ਉਹ ਵਰਤਦੇ ਨੇ ਤੇ ਇਹ ਗੱਲ ਕਹਿੰਦੇ ਨੇ ਕਿ ਜੀ ਸਾਨੂੰ ਜਵਾਬ ਦੇਵੇ ਤੇ ਜੇ ਕੱਲ ਤੱਕ ਜਵਾਬ ਨਹੀਂ ਦਿੰਦਾ ਤੇ ਅਸੀਂ ਫਿਰ ਹੋਰ ਸਬੂਤ ਪੇਸ਼ ਕਰਾਂਗੇ। ਤੇ ਹੋਰ ਜਿਹੜੀਆਂ ਦਲੀਲਾਂ ਦੇ ਰਹੀਆਂ ਸਿੱਧ ਕਰਾਂਗੇ ਕਿ ਵੱਡੇ ਮਹਾਂਪੁਰਖਾਂ ਨੇ ਸਤ ਗਿਆਨੀ ਜਰਨੈਲ ਸਿੰਘ ਜੀ ਹੋਣਾ ਨੇ ਕਥਾ ਵੀ ਕੀਤੀ ਹੈ ਬ੍ਰਹਮ ਕਵਚ ਦੀ ਤੇ ਨਾਲ ਦੀ ਨਾਲ ਇਹ ਪੰਥ ਦੇ ਵਿੱਚ ਵਿਵਾਦਿਤ ਮੁੱਦਾ ਨਹੀਂ ਸੀ ਬਾਬਾ ਜੀ ਨੇ ਇਸ ਮੁੱਦੇ ਨੂੰ ਪੈਦਾ ਕਰ ਦਿੱਤਾ ਤੇ ਜਦੋਂ ਫਿਰ ਸਿੰਘਾ ਵੱਲੋਂ ਜਵਾਬ ਦਿੱਤਾ ਗਿਆ ਗਿਆਨੀ ਸਾਹਿਬ ਸਿੰਘ ਜੀ ਹੋਣਾ ਵੱਲੋਂ ਇਸ ਗੱਲ ਦਾ ਉੱਤਰ ਦਿੱਤਾ ਗਿਆ ਗੁਟਕਾ ਸਾਹਿਬ ਦੇ ਪੁਰਾਤਨ ਗੁਟਕਾ ਸਾਹਿਬ ਦੇ ਦਰਸ਼ਨ ਕਰਾਏ ਗਏ ਤੇ ਨਾਲ ਹੀ ਗਿਆਨੀ ਮੋਹਨ ਸਿੰਘ ਜੀ ਜਿਹੜੇ ਬਾਬਾ ਠਾਕੁਰ ਸਿੰਘ ਜੀ ਦੇ ਸਮੇਂ ਤੇ ਇਹ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਮਹਾਂਪੁਰਖਾਂ ਦੇ ਸਮੇਂ ਤੇ ਤੇ ਉਦੋਂ ਪਹਿਲਾਂ ਵੱਡੇ ਮਹਾਂਪੁਰਖਾਂ ਦੇ ਸਮੇਂ ਦੇ ਉੱਪਰ ਵੀ ਦਮ ਦੀ ਮੀਟਕਸਾਲ ਵੱਲੋਂ ਛਾਪੇ ਜਾਂਦੇ ਲਿਟਰੇਚਰ ਦੀ ਸੇਵਾ ਨਿਭਾਉਂਦੇ ਰਹੇ ਨੇ ਉਹਨਾਂ ਨੇ ਖੁਦ ਇੱਕ ਵੀਡੀਓ ਪਾ ਕੇ ਗੱਲ ਦੱਸੀ ਹੈ ਕਿ ਕਿਹੜੇ-ਕਿਹੜੇ ਸਮੇਂ ਦੇ ਉੱਪਰ ਗੁਟਕਾ ਸਾਹਿਬ ਦੀ ਛਪਾਈ ਹੋਈ ਤੇ ਉਹਨਾਂ ਦੀ ਜ਼ਿੰਮੇਵਾਰੀ ਲਈ ਗਈ ਤੇ ਉਹ ਗੁਟਕਾ ਸਾਹਿਬ ਦੇ ਉਹਨਾਂ ਨੇ ਦਰਸ਼ਨ ਵੀ ਕਰਾਏ ਜਿਨ੍ਹਾਂ ਦੇ ਵਿੱਚ ਬ੍ਰਹਮ ਕਵਜ ਨਾਮਕ ਆਦਿਕ ਬਾਣੀ ਕੋਈ ਸ਼ਾਮਲ ਨਹੀਂ ਸੀ ਨਾ ਵੱਡੇ ਮਹਾਂਪੁਰਖਾਂ ਵੱਲੋਂ ਨਾ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਮਹਾਂਪੁਰਖਾਂ ਵੱਲੋਂ ਤੇ ਨਾ ਬਾਬਾ ਠਾਕੁਰ ਸਿੰਘ ਜੀ ਉਹਨਾਂ ਵੱਲੋਂ ਤੇ ਭਾਈ ਜਸਵਿੰਦਰ ਸਿੰਘ ਜੀ ਹੁਣਾਂ ਨੂੰ ਫਿਰ ਜਦੋਂ ਉੱਤਰ ਦਿੱਤਾ ਗਿਆ ਤੇ ਫਿਰ ਉਹ ਆਪਣੀ ਗੱਲ ਤੋਂ ਮੁੱਕਰਦੇ ਨਜ਼ਰ ਆਏ ਕਿ ਜੀ ਮੈਂ ਕਦੋਂ ਕਿਹਾ ਇਹ ਗੁਟਕਾ ਸਾਹਿਬ ਮੇਰੇ ਕੋਲ ਹੈ ਇਹ ਤਾਂ ਕਿਸੇ ਸਿੰਘ ਦੇ ਕੋਲ ਹੈ ਦਰਸ਼ਨ ਵੀ ਉਹ ਕਰਾ ਰਿਹਾ ਤੇ ਮੈਂ ਉਹਦੀ ਆਵਾਜ਼ ਪਿੱਛੋਂ ਭਰੀ ਹੈ ਮੈਨੂੰ ਵੀਡੀਓ ਇਸੇ ਤਰ੍ਹਾਂ ਪਹੁੰਚੀ ਸੀ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਆ ਕਿ ਭਾਈ ਜਸਵਿੰਦਰ ਸਿੰਘ ਜੀ ਆਪ ਜੀ ਦਾ ਅਸੀਂ ਬਹੁਤ ਸਤਿਕਾਰ ਕਰਦੇ ਸੀ ਤੇ ਅੱਜ ਵੀ ਕਰਦੇ ਆ ਪਿਛਲੇ ਸਮੇਂ ਅੰਦਰ ਤੁਸੀਂ ਬਹੁਤ ਵਧੀਆ ਕੈਲੰਡਰ ਦੇ ਮੁੱਦੇ ਦੇ ਉੱਪਰ ਤੇ ਹੋਰ ਵਿਸ਼ਿਆਂ ਦੇ ਉੱਪਰ ਜਾਣਕਾਰੀ ਸਾਂਝੀ ਕੀਤੀ ਸੋ ਦਾਸ ਨੇ ਨਿੱਜੀ ਰੂਪ ਦੇ ਵਿੱਚ ਵੀ ਆਪ ਜੀ ਦਾ ਧੰਨਵਾਦ ਵੀ ਕੀਤਾ ਤੇ ਆਪ ਜੀ ਦੀਆਂ ਪੋਸਟਾਂ ਵੀ ਅਸੀਂ ਸ਼ੇਅਰ ਕੀਤੀਆਂ ਕਿ ਵਾਕਈ ਤੁਸੀਂ ਬਹੁਤ ਸਾਰੇ ਪੱਖਾਂ ਦੇ ਉੱਪਰ ਰੌਸ਼ਨੀ ਪਾਈ ਹੈ ਪਰ ਪਹਿਲੇ ਦਿਨ ਤੋਂ ਲੈ ਕਰਕੇ ਆਪ ਜੀ ਬਾਬਾ ਹਰਨਾਮ ਸਿੰਘ ਜੀ ਉਹਨਾਂ ਦੇ ਨਾਲ ਤੁਹਾਡਾ ਕੋਈ ਨਿੱਜੀ ਵਿਵਾਦ ਹੈ ਜਾਂ ਤੁਹਾਡੀ ਉਹਨਾਂ ਦੇ ਨਾਲ ਬਣਦੀ ਨਹੀਂ ਇਸੇ ਕਰਕੇ ਤੁਸੀਂ ਹਰ ਗੱਲ ਨੂੰ ਮਰੋੜ ਤਰੋੜ ਕੇ ਤੇ ਉਹਨਾਂ ਦੇ ਉੱਤੇ ਆ ਕੇ ਲਾ ਦਿੰਦੇ ਹੋ ਇਸ ਦੇ ਬਾਵਜੂਦ ਵੀ ਅਸੀਂ ਕਦੇ ਵੀ ਤੁਹਾਨੂੰ ਕੋਈ ਨੁਕਤਾਚੀ ਨਹੀਂ ਜਾ ਤੁਹਾਡੇ ਨਾਲ ਕੋਈ ਆਵਾਦ ਵਿਵਾਦ ਦੀ ਗੱਲ ਨਹੀਂ ਕੀਤੀ ਕਿ ਇਹ ਵੀ ਗੁਰਸਿੱਖ ਨੇ ਟਕਸਾਲ ਦੇ ਸਿੰਘ ਘਾਉਂਦੇ ਨੇ ਤੇ ਵੱਡੇ ਮਹਾਂਪੁਰਖਾਂ ਦੇ ਨਾਲ ਵਿਚਰਦੇ ਰਹੇ ਨੇ ਇਹਨਾਂ ਦਾ ਸਤਕਾਰ ਕਰਨਾ ਬਣਦਾ ਪਰ ਇਸ ਵਕਤ ਤੁਸੀਂ ਆਪਣੀ ਉਸ ਇੱਜ਼ਤ ਨੂੰ ਆਪਣੇ ਉਸ ਸਤਕਾਰ ਨੂੰ ਆਪਣੇ ਹੱਥੀਂ ਲੀਰਾ ਲੀਰਾ ਕੀਤਾ ਜਿਹੜੇ ਸ਼ਬਦ ਤੁਸੀਂ ਵਰਤੇ ਜਿਹੜੀ ਬੋਲੀ ਤੁਸੀਂ ਵਰਤੀ ਤੇ ਜਿਹੜਾ ਕੁਫਰ ਤੇ ਜਿਹੜਾ ਝੂਠ ਤੁਸੀਂ ਤੋਲਿਆ ਤੇ ਜੇਕਰ ਆਪ ਜੀ ਨੂੰ ਇਸ ਗੱਲ ਦਾ ਪਤਾ ਸੀ ਕਿ ਉਹ ਗੁਟਕਾ ਸਾਹਿਬ ਤੁਹਾਡੇ ਕੋਲ ਨਹੀਂ ਜਿਹੜੇ ਗੁਟਕਾ ਸਾਹਿਬ ਦੀ ਦਲੀਲ ਦੇ ਕੇ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਬ੍ਰਹਮ ਕਵਚ ਦੀ ਬਾਣੀ ਸੰਤ ਗਿਆਨੀ ਹਨ ਜਰਨੈਲ ਸਿੰਘ ਜੀ ਹੁਣਾ ਪਿੰਡਰਾਵਾਲੇ ਮਹਾਂਪੁਰਖਾਂ ਨੇ ਉਹ ਗੁਟਕਾ ਸਾਹਿਬ ਦੇ ਵਿੱਚ ਬਾਣੀ ਲਿਖਵਾਈ ਤੇ ਫਿਰ ਤੁਸੀਂ ਕਹਿ ਰਹੇ ਹੋ ਜੀ ਮੇਰੇ ਕੋਲ ਨਹੀਂ ਮੈਨੂੰ ਕਿਸੇ ਸਿੰਘ ਨੇ ਉਹ ਦਰਸ਼ਨ ਕਰਾਉਣ ਵਾਸਤੇ ਵੀਡੀਓ ਭੇਜੀ ਸੀ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਇਹ ਹੀ ਤੁਹਾਡੀ ਵਿਦਵਤਾ ਹੈ ਇਹ ਉਧਾਰਾ ਗਿਆਨ ਤੁਸੀਂ ਫਿਰ ਵਰਤਦੇ ਹੋ ਜਾਂ ਕਿਸੇ ਦੀ ਭੇਜੀ ਹੋਈ ਵੀਡੀਓ ਦੇ ਉੱਪਰ ਦਲੀਲ ਦੇ ਕਰਕੇ ਤੁਸੀਂ ਆਪਣੀ ਯੋਗਤਾ ਨੂੰ ਕਿਵੇਂ ਸਿੱਧ ਕਰਦੇ ਹੋ ਫਿਰ ਇਹਦਾ ਨਿਰਣਾ ਕਿਵੇਂ ਕਰੇਗਾ ਵੀ ਉਹ ਵੀਡੀਓ ਸੱਚੀ ਹੈ ਜਾਂ ਝੂਠੀ ਹੈ ਕੱਲ ਨੂੰ ਉਹੀ ਸਿੰਘ ਮੁਕਰ ਜਾਂਦਾ ਕਿ ਜੀ ਮੈਨੂੰ ਕਹਿਣ ਨੂੰ ਕਹੀ ਗਈ ਸੀ ਤੇ ਮੈਂ ਇਸੇ ਕਰਕੇ ਤੁਹਾਨੂੰ ਭੇਜੀ ਹੈ ਤੇ ਫਿਰ ਤੁਸੀਂ ਕਿੱਥੇ ਸਟੈਂਡ ਕਰੋਗੇ ਤੇ ਜਿੰਨੀ ਦੇਰ ਤੱਕ ਤੁਹਾਡੇ ਕੋਲ ਕੋਈ ਠੋਸ ਸਬੂਤ ਨਹੀਂ ਸੀ ਜਾਂ ਤੁਸੀਂ ਗੁਟਕਾ ਸਾਹਿਬ ਦੇ ਦਰਸ਼ਨ ਆਪ ਨਹੀਂ ਸੀ ਕੀਤੇ ਜਾਂ ਉਹ ਸਿੰਘ ਤੁਹਾਨੂੰ ਮਿਲਿਆ ਨਹੀਂ ਤੇ ਫਿਰ ਤੁਸੀਂ ਕਿਵੇਂ ਇਹ ਦਾਵਾ ਕਰ ਦਿੱਤਾ ਕਿ ਜੀ ਦੰਦਮੀ ਟਕਸਾਲ ਦੇ ਮਹਾਂਪੁਰਖਾਂ ਨੇ ਝੂਠ ਬੋਲਿਆ ਤੇ ਮੈਂ ਸੱਚ ਪੇਸ਼ ਕਰ ਰਿਹਾ ਇਹਦੀ ਦਲੀਲ ਤੁਸੀਂ ਕਿੱਥੋਂ ਦੇ ਦਿੱਤੀ ਤੇ ਜਦੋਂ ਸਿੰਘਾਂ ਨੇ ਫਿਰ ਪੁਰਾਤਨ ਗੁਟਕਾ ਸਾਹਿਬ ਦੇ ਦਰਸ਼ਨ ਕਰਾ ਕਰਕੇ ਤੁਹਾਨੂੰ ਉਸ ਗੱਲ ਦਾ ਜਵਾਬ ਦਿੱਤਾ ਤੇ ਤੁਸੀਂ ਇਹ ਗੱਲ ਕਹਿ ਰਹੇ ਹੋ ਆਪਣੀ ਪੋਸਟ ਦੇ ਉੱਪਰ ਵੀ ਤੁਸੀਂ ਲਿਖਿਆ ਕਿ ਬਾਬਾ ਹਰਨਾਮ ਸਿੰਘ ਦੀ ਔਕਾਤ ਨਹੀਂ ਕਿ ਤੁਹਾਡੇ ਨਾਲ ਬਹਿ ਕੇ ਗੱਲ ਕਰ ਸਕੇ ਤੇ ਉਹਨਾਂ ਦੇ ਚੇਲਿਆਂ ਦੀ ਵੀ ਔਕਾਤ ਨਹੀਂ ਕਿ ਤੁਹਾਡੇ ਨਾਲ ਬਹਿ ਕੇ ਗੱਲ ਕਰ ਸਕਣ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਇੱਕ ਦਿਨ ਦੇ ਵਿੱਚ ਵਿੱਚ ਸਾਨੂੰ ਜਵਾਬ ਦਿੱਤਾ ਜਾਵੇ ਇਸ ਗੱਲ ਦਾ ਉੱਤਰ ਦਿਓ ਤੇ ਜੇ ਸਿੰਘ ਤੁਹਾਨੂੰ ਉੱਤਰ ਦੇਂਦੇ ਨੇ ਤੇ ਫਿਰ ਤੁਸੀਂ ਪਲਟੀ ਮਾਰਦੇ ਹੋ ਕਿ ਜੀ ਇਹਨਾਂ ਦੀ ਔਕਾਤ ਨਹੀਂ ਸਾਡੇ ਨਾਲ ਗੱਲ ਕਰਨ ਦੀ ਇਹਨਾਂ ਦੀ ਔਕਾਤ ਨਹੀਂ ਸਾਡੇ ਨਾਲ ਬੈਠਣ ਦੀ ਤੇ ਭਾਈ ਜਸਵਿੰਦਰ ਸਿੰਘ ਜੀ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਆਪ ਜੀ ਦੱਸੋ ਫਿਰ ਜਦੋਂ ਰਣਜੀਤ ਸਿੰਘ ਢੰਡਰੀਆਂ ਵਾਲਾ ਹਰ ਬੇਤੁਕੀ ਗੱਲ ਨੂੰ ਜੋੜ ਕਰਕੇ ਸੁਣਾਉਂਦਾ ਸਟੇਜਾਂ ਤੇ ਤੇ ਤੁਸੀਂ ਉਹਨਾਂ ਦੀਆਂ ਗੱਲਾਂ ਦਾ ਜਵਾਬ ਦੇਣ ਵਾਸਤੇ ਤਤਪਰ ਰਹਿੰਦੇ ਹੋ ਟੀਵੀ ਦੇ ਉੱਪਰ ਉਹਨਾਂ ਦੀਆਂ ਵੀਡੀਓ ਚਲਾ ਕਰਕੇ ਉਹਨਾਂ ਦੇ ਉੱਤਰ ਦੇਂਦੇ ਹੋ ਤੇ ਫਿਰ ਇਹਦਾ ਮਤਲਬ ਹੈ ਵੀ ਰਣਜੀਤ ਸਿੰਘ ਢੰਡਰੀਆਂ ਵਾਲੇ ਦੀ ਔਕਾਤ ਤੁਹਾਡੇ ਬਰਾਬਰ ਦੀ ਹੈ ਕਿ ਜਿਹਦੀਆਂ ਗੱਲਾਂ ਦਾ ਜਵਾਬ ਦੇਣ ਵਾਸਤੇ ਤੁਸੀਂ ਹਮੇਸ਼ਾ ਤਿਆਰ ਰਹਿੰਦੇ ਹੋ ਤੇ ਰਣਜੀਤ ਸਿੰਘ ਢੰਡਰੀਆਂ ਵਾਲੇ ਨੇ ਤੇ ਤੁਹਾਨੂੰ ਕਿਹਾ ਵੀ ਨਹੀਂ ਸੀ ਕਿ ਜਸਵਿੰਦਰ ਸਿੰਘ ਮੇਰੀ ਗੱਲ ਦਾ ਉੱਤਰ ਦੇਵੇ ਤੇ ਇਹਦਾ ਮਤਲਬ ਹੈ ਵੀ ਤੁਸੀਂ ਬਾਬਾ ਹਰਨਾਮ ਸਿੰਘ ਜੀ ਨੂੰ ਆਪਣੇ ਬਰਾਬਰ ਦਾ ਆਪਣੇ ਲੈਵਲ ਦਾ ਵਿਦਵਾਨ ਨਹੀਂ ਮੰਨਦੇ ਪਰ ਰਣਜੀਤ ਸਿੰਘ ਢੰਡਰੀਆਂ ਵਾਲਾ ਤੁਹਾਡੀ ਟੱਕਰ ਦਾ ਵਿਦਵਾਨ ਹੈ ਜਿਹਦੀਆਂ ਗੱਲਾਂ ਦੇ ਜਵਾਬ ਦੇਣ ਵਾਸਤੇ ਤੁਹਾਨੂੰ ਲਾਈਵ ਹੋਣਾ ਪੈਂਦਾ ਜਾਂ ਜਿਹਦੀਆਂ ਬੇਤੁਕੀਆਂ ਬਕਵਾਸ ਕੀਤੀਆਂ ਹੋਈਆਂ ਮਾਰੀਆਂ ਹੋਈਆਂ ਜੱਬੜੀਆਂ ਦਾ ਤੁਸੀਂ ਉੱਤਰ ਦੇਣ ਵਾਸਤੇ ਤਿਆਰ ਰਹਿੰਦੇ ਹੋ ਤੇ ਫਿਰ ਉਹਨੂੰ ਤੁਸੀਂ ਆਪਣੀ ਟੱਕਰ ਦਾ ਵਿਦਵਾਨ ਮੰਨਦੇ ਹੋ ਜਾਂ ਤੁਹਾਨੂੰ ਲੱਗਦਾ ਕਿ ਉਹ ਤੁਹਾਡੇ ਲੈਵਲ ਦਾ ਹੈ ਜਿਹਦੀਆਂ ਗੱਲਾਂ ਦਾ ਜਵਾਬ ਤੁਹਾਨੂੰ ਦੇਣਾ ਚਾਹੀਦਾ ਤੇ ਦੰਦਮੀ ਟਕਸਾਲ ਦੇ ਪੜੇ ਹੋਏ ਸਿੰਘ ਸੰਤ ਬਾਬਾ ਠਾਕੁਰ ਸਿੰਘ ਜੀ ਹੁਣਾਂ ਦੀ ਸੇਵਾ ਦੇ ਵਿੱਚ ਲੱਗੇ ਹੋਏ ਸਿੰਘ ਬਾਬਾ ਅਨਾਮ ਸਿੰਘ ਜੀ ਹੁਣੀ ਜਿਨ੍ਹਾਂ ਨੇ ਉਹਨਾਂ ਦੇ ਪਾਸ ਲੰਮਾ ਸਮਾਂ ਰਹਿ ਕੇ ਸੇਵਾ ਨਿਭਾਈ ਹੈ ਤੇ ਜਿਨ੍ਹਾਂ ਦੇ ਤੁਸੀਂ ਵਾਰਸ ਕਹਾਉਂਦੇ ਹੋ ਕਿ ਜਿਨ੍ਹਾਂ ਦੀ ਸੇਵਾ 'ਚ ਤੁਸੀਂ ਰਹੇ ਹੋ ਉਹਨਾਂ ਨੂੰ ਤੁਸੀਂ ਆਪਣੀ ਟੱਕਰ ਦੇ ਨਹੀਂ ਮੰਨਦੇ ਤੇ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਜੀ ਇਹਨਾਂ ਦੀ ਔਕਾਤ ਨਹੀਂ ਤੇ ਮੈਂ ਬੇਨਤੀ ਕਰਾਂਗਾ ਕਿ ਸੰਗਤ ਨੂੰ ਦੱਸਿਓ ਵੀ ਐਸਾ ਕਿਹੜਾ ਥਰਮਾਮੀਟਰ ਹੈ ਤੁਹਾਡੇ ਕੋਲ ਭਾਈ ਗੁਰਪ੍ਰੀਤ ਸਿੰਘ ਜੀ ਕੈਲੀਫੋਰਨੀਆ ਵਾਲੇ ਵੀ ਤੇ ਤੁਸੀਂ ਵੀ ਵੀ ਕਿਹੜਾ ਐਸਾ ਥਰਮਾਮੀਟਰ ਹੈ ਜਿਹਦੇ ਨਾਲ ਇਹ ਚੈੱਕ ਕਰੀਏ ਵੀ ਤੁਹਾਡੀ ਔਕਾਤ ਦੂਜੇ ਸਿੰਘਾਂ ਨਾਲੋਂ ਕਿਵੇਂ ਵੱਡੀ ਹੋ ਗਈ ਜਾਂ ਤੁਹਾਡੇ ਕੋਲ ਕਿਹੜੀ ਐਸੀ ਡਿਗਰੀ ਆ ਗਈ ਜਾਂ ਤੁਹਾਡੇ ਕੋਲ ਕਿਹੜਾ ਐਸਾ ਗਿਆਨ ਆ ਗਿਆ ਵੀ ਜਿਹੜਾ ਤੁਹਾਨੂੰ ਸਾਰੇ ਵਿਦਵਾਨਾਂ ਤੋਂ ਵੱਖ ਕਰਕੇ ਤੁਹਾਨੂੰ ਸ਼੍ਰੋਮਣੀ ਵਿਦਵਾਨ ਬਣਾਉਂਦਾ ਹੈ ਤੇ ਬਾਕੀ ਸਾਰੇ ਤੁਹਾਡੇ ਸਾਹਮਣੇ ਤੁੱਛ ਨੇ ਤੇ ਤੁਹਾਡੇ ਨਾਲ ਗੱਲ ਨਹੀਂ ਕਰ ਸਕਦੇ ਜਾਂ ਤੁਹਾਡੇ ਬਰਾਬਰ ਬਹਿ ਨਹੀਂ ਸਕਦੇ ਭਾਵੇਂ ਉਹ ਟਕਸਾਲ ਦੇ ਮੁਖੀ ਕਿਉਂ ਨਾ ਹੋਣ ਤੇ ਤੁਹਾਡੀ ਐਡੀ ਉੱਚੀ ਔਕਾਤ ਹੋ ਗਈ ਹੈ ਕੁਝ ਨਾ ਕੁਝ ਤੇ ਸੰਗਤ ਨੂੰ ਦੱਸੋ ਤਾਂ ਜੋ ਪਤਾ ਲੱਗ ਸਕੇ ਵੀ ਵਖਰੇਵਾ ਕਿਵੇਂ ਹੈ ਕਿਹੜਾ ਐਸਾ ਕਾਰਜ ਹੈ ਜਿਹੜਾ ਸੰਤ ਬਾਬਾ ਹਰਨਾਮ ਸਿੰਘ ਜੀ ਹੋਣਾ ਨੇ ਨਹੀਂ ਕੀਤਾ ਤੇ ਗੁਰਪ੍ਰੀਤ ਸਿੰਘ ਜੀ ਕੈਲੀਫੋਰਨੀਆ ਵਾਲਿਆਂ ਨੇ ਤੇ ਭਾਈ ਜਸਵਿੰਦਰ ਸਿੰਘ ਜੀ ਆਪ ਜੀ ਨੇ ਕਰ ਦਿੱਤਾ ਜਿਹਦੇ ਤੋਂ ਪਤਾ ਲੱਗੇ ਵੀ ਬਾਬਾ ਅਰਨਾਮ ਸਿੰਘ ਜੀ ਤੋਂ ਇਹ ਕੰਮ ਸਿਰੇ ਨਹੀਂ ਚੜਿਆ ਪਰ ਤੁਸੀਂ ਚੜਾ ਦਿੱਤਾ ਇਸੇ ਕਰਕੇ ਤੁਹਾਡੀ ਔਕਾਤ ਵੱਡੀ ਹੋ ਗਈ। ਜਦ ਬਾਬਾ ਠਾਕੁਰ ਸਿੰਘ ਜੀ ਦੇ ਸਮੇਂ ਤੋਂ ਲੈ ਕਰਕੇ ਹੁਣ ਤੱਕ ਸੰਧ ਗਿਆਨੀ ਅਰਨਾਮ ਸਿੰਘ ਜੀ ਖਾਲਸਾ ਹਉਨਾਵलो ਕੋਈ ਐਸਾ ਵਿਦਿਆਰਥੀ ਕੋਈ ਐਸਾ ਵਿਦਿਆਲਾ ਨਹੀਂ ਚਲਾਇਆ ਗਿਆ ਵੀ ਜਿਹਦੇ ਵਿੱਚ ਗੁਰਮਤ ਦੀ ਸੰਥਿਆ ਦਿੱਤੀ ਜਾਂਦੀ ਹੋਵੇ ਤੇ ਤੁਸੀਂ ਕੋਈ ਵਿਦਵਾਨ ਪੈਦਾ ਕਰ ਦਿੱਤੇ ਜਾਂ ਕੋਈ ਸੰਥਿਆ ਦੇ ਕੇ ਸਿੰਘ ਐਸੇ ਤਿਆਰ ਕਰ ਦਿੱਤੇ ਵੀ ਜਿਹੜੀ ਤੁਹਾਡੀ ਔਕਾਤ ਉਹਨਾਂ ਨਾਲੋਂ ਵੱਡੀ ਹੋ ਗਈ। ਜਾਂ ਪੰਥ ਦੇ ਵਾਸਤੇ ਤੁਸੀਂ ਕੋਈ ਐਸੀ ਕੁਰਬਾਨੀ ਕਰ ਦਿੱਤੀ, ਕੋਈ ਜੇਲ੍ਹ ਕੱਟ ਲਈ ਜਾਂ ਕਿਸੇ ਦਾ ਕੋਈ ਐਸਾ ਸੌਦਾ ਲਾ ਦਿੱਤਾ ਵੀ ਜਿਹੜਾ ਬਾਬਾ ਆਨੰਦ ਸਿੰਘ ਜੀ ਜਾਂ ਉਹਨਾਂ ਦੇ ਸਿੰਘ ਨਹੀਂ ਕਰ ਸਕੇ ਪਰ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਨੇ ਤੇ ਭਾਈ ਜਸਵਿੰਦਰ ਸਿੰਘ ਨੇ ਕਰ ਦਿੱਤਾ ਤਾਂ ਵੀ ਅਸੀਂ ਮੰਨ ਲਈਏ ਕਿ ਜੀ ਤੁਹਾਡੀ ਔਕਾਤ ਉਹਨਾਂ ਦੇ ਨਾਲੋਂ ਬਹੁਤ ਵੱਡੀ ਹੈ ਕਿਉਂਕਿ ਤੁਸੀਂ ਬਹੁਤ ਵੱਡਾ ਕਾਰਜ ਕਰ ਦਿੱਤਾ ਜਿਹੜਾ ਬਾਬਾ ਆਨੰਦ ਸਿੰਘ ਜੀ ਤੋਂ ਨਹੀਂ ਹੋਇਆ। ਤੇ ਦੂਜੇ ਪਾਸੇ ਸੰਤ ਬਾਬਾ ਠਾਕੁਰ ਸਿੰਘ ਜੀ ਦਾ ਨਾਮ ਵਰਤ ਕੇ ਸੰਗਤਾਂ ਨੂੰ ਗੁੰਮਰਾਹ ਕਰਦੇ ਹੋ ਤੇ ਕਿਹੜੀ ਐਸੀ ਤੁਸੀਂ ਕਾਰਜ ਕੀਤਾ ਹੈ ਪੰਥ ਵਾਸਤੇ ਕੌਮ ਵਾਸਤੇ ਇਹ ਜਿਹੜਾ ਤੁਹਾਨੂੰ ਵੱਖਰਾ ਕਰਕੇ ਤੁਹਾਡੀ ਔਕਾਤ ਉੱਚੀ ਕਰ ਦਿੰਦਾ ਹੈ ਉਹ ਸੰਗਤਨਾ ਜਰੂਰ ਸਾਂਝ ਪਾਓ ਤੇ ਤਿੰਨ ਗੁਟਕਾ ਸਾਹਿਬ ਤੁਸੀਂ ਹੋਰ ਦਰਸ਼ਨ ਕਰਾਏ ਨੇ ਜਿਹੜੀ ਵੀਡੀਓ ਤੁਸੀਂ ਅ ਕੱਲ ਪਰਸੋਂ ਹੀ ਪਾਈ ਹੈ ਜਿਹਦੇ ਵਿੱਚ ਤੁਸੀਂ ਲਿਖ ਰਹੇ ਹੋ ਕਿ ਜੀ ਲੋਗੋ ਵੀ ਲੱਗਾ ਹੋਇਆ ਸੰਤਾਂ ਦੇ ਸਮੇਂ ਦੇ ਨੇ ਇਹ ਵੀ ਪੁਰਾਤਨ ਗੁਟਕੇ ਨੇ ਟਕਸਾਲ ਦੇ ਕੋਲ ਕੋਈ ਗੁਟਕਾ ਤੇ ਸਾਡੇ ਕੋਲ ਕਿਹੜਾ ਨਹੀਂ ਆਗੇ ਤੇ ਭਾਈ ਦੇ ਸੁਿੰਦਰ ਸਿੰਘ ਜੀ ਫਿਰ ਉਹਦੇ ਵਿੱਚ ਜਿਹੜੇ ਤਤਕਰੇ ਤੁਸੀਂ ਪੇਸ਼ ਕੀਤੇ ਨੇ ਤੁਹਾਡੀ ਆਪਣੀ ਵੀਡੀਓ ਆਪ ਵੀ ਚੈੱਕ ਕਰ ਲਿਓ ਉਹਦੇ ਵਿੱਚ ਕਿੱਥੇ ਲਿਖਿਆ ਹੋਇਆ ਬ੍ਰਹਮ ਕਵਚ ਉਹ ਵੀ ਸੰਗਤ ਨੂੰ ਦੱਸਿਓ ਵੀ ਪਹਿਲਾ ਗੁਟਕਾ ਸਾਹਿਬ ਤੇ ਚਲੋ ਤੁਹਾਨੂੰ ਕਿਸੇ ਨੇ ਵੀਡੀਓ ਭੇਜੀ ਸੀ ਤੁਸੀਂ ਸ਼ੇਅਰ ਕਰ ਦਿੱਤੀ ਤੇ ਜਿਹੜੇ ਹੁਣ ਵੀ ਤੈਨੂੰ ਤੁਸੀਂ ਗੁਟਕਾ ਸਾਹਿਬ ਵਿਖਾਏ ਨੇ ਉਹ ਵੀ ਤੁਹਾਨੂੰ ਕਿਸੇ ਨੇ ਵੀਡੀਓ ਭੇਜੀ ਆ ਹੋ ਸਕਦਾ ਤੁਹਾਡੇ ਕੋਲ ਵੀ ਹੋਣ ਮੈਨੂੰ ਇਸ ਗੱਲ ਦਾ ਗਿਆਨ ਨਹੀਂ ਪਰ ਤੁਸੀਂ ਹੋ ਸਕਦਾ ਕਹਿ ਦਿਓ ਕਿ ਜੀ ਮੇਰੇ ਕੋਲ ਨਹੀਂ ਨੇ ਪਰ ਮੈਨੂੰ ਇਹ ਵੀਡੀਓ ਸਿੰਘਾਂ ਨੇ ਭੇਜੀਆਂ ਨੇ ਤੇ ਉਹਦੇ ਵਿੱਚ ਬ੍ਰਹਮ ਕਵਚ ਦੀ ਬਾਣੀ ਕਿੱਥੇ ਲਿਖੀ ਹੋਈ ਆ ਉਹ ਵੀ ਸੰਗਤ ਨਾਲ ਸਾਂਝੀ ਕਰ ਦਿਓ ਇਸ ਗੱਲ ਦਾ ਤੇ ਤੁਸੀਂ ਸਬੂਤ ਦੇ ਨਹੀਂ ਸਕੇ ਜਲੰਧਰ ਵਾਲੀ ਪ੍ਰੈਸ ਦਾ ਤੁਸੀਂ ਜ਼ਿਕਰ ਕੀਤਾ ਕਿ ਸੰਤਾ ਵੱਲੋਂ ਜਲੰਧਰ ਵਾਲੀ ਪ੍ਰੈਸ ਤੋਂ ਗੁਟਕੇ ਛਪਾਏ ਗਏ ਸਨ ਤੇ ਬਾਕੀ ਰਹਿੰਦੇ ਗੁਟਕੇ ਵੀ ਜਿਹੜੇ ਸੰਤ ਕਹਿੰਦੇ ਸਨ ਭਾਈ ਅਸੀਂ ਆਪੇ ਹੀ ਮੰਗਵਾ ਲਾਂਗੇ ਤੇ ਉਸ ਪ੍ਰੈਸ ਦਾ ਐਡਰੈਸ ਦਿਓ ਉਸ ਪ੍ਰੈਸ ਦੇ ਕੋਲ ਛਾਪੇ ਹੋਏ ਗੁਟਕਿਆਂ ਦੀ ਤਰੀਕ ਹੋਵੇਗੀ ਹਰ ਪ੍ਰੈਸ ਦੇ ਕੋਲੇ ਰਿਕਾਰਡ ਹੁੰਦਾ ਵੀ ਅਸੀਂ ਕਿਹੜੀ ਚੀਜ਼ ਕਦੋਂ ਛਾਪੀ ਐ ਉਸ ਪ੍ਰੈਸ ਵਾਲੇ ਸੱਜਣਾ ਨਾਲ ਗੱਲਬਾਤ ਕਰਾ ਦਿਓ ਜਾ ਉਸ ਪ੍ਰੈਸ ਤੋਂ ਕੋਈ ਐਸੀ ਚਿੱਠੀ ਸੰਗਤ ਦੇ ਸਾਹਮਣੇ ਪੇਸ਼ ਕਰਾ ਦਿਓ ਵੀ ਇਹ ਗੁਟਕਾ ਸਾਡਾ ਛਾਪਿਆ ਹੋਇਆ ਤੇ ਦਮਦਮੀ ਟਕਸਾਲ ਨੇ ਸਾਡੇ ਤੋਂ ਛਪਾਇਆ ਸੀ ਐਸ ਸਨ ਦੇ ਵਿੱਚ ਤੇ ਇਹਦੇ ਵਿੱਚ ਜਿਹੜੀਆਂ ਬਾਣੀਆਂ ਲਿਖੀਆਂ ਗਈਆਂ ਨੇ ਉਹ ਸਾਨੂੰ ਕਹਿ ਕੇ ਛਪਵਾਈਆਂ ਗਈਆਂ ਸੀ ਕੋਈ ਸਬੂਤ ਤੇ ਪੇਸ਼ ਕਰ ਦੇ ਨਾ ਕਿਸੇ ਵੀਡੀਓ ਦੇ ਉੱਪਰ ਵੀਡੀਓ ਬਣਾ ਦਿੱਤੀ ਤੇ ਉਹਦੇ ਨਾਲ ਵਿਦਵਤਾ ਤੇ ਸਿੱਧ ਨਹੀਂ ਹੋ ਜਾਣੀ ਤੇ ਨਿੱਜੀ ਰੂਪ ਦੇ ਵਿੱਚ ਸੰਧਵਾ ਬਾਵਾ ਅਨਾਮ ਸਿੰਘ ਜੀ ਦਾ ਵਿਰੋਧ ਜਿਹੜਾ ਤੁਸੀਂ ਅੱਗੇ ਵੀ ਕਰਦੇ ਰਹੇ ਹੋ ਤੇ ਇਸ ਵਕਤ ਤੁਸੀਂ ਪ੍ਰਗਟ ਰੂਪ ਦੇ ਵਿੱਚ ਕਰਨਾ ਸ਼ੁਰੂ ਕਰ ਦਿੱਤਾ ਤੇ ਜਿੱਥੇ ਤੁਹਾਨੂੰ ਸਿੰਘ ਕਹਿਣਾ ਜਾਂ ਸਤਕਾਰ ਨਾਲ ਨਾਮ ਲੈਣਾ ਵੀ ਗੁਵਾਰਾ ਨਹੀਂ ਇਹ ਸਿੱਖਿਆ ਤੁਹਾਨੂੰ ਬਾਬਾ ਠਾਕਰ ਸਿੰਘ ਜੀ ਹੋਣਾ ਨੇ ਦਿੱਤੀ ਹੈ ਜਿਨ੍ਹਾਂ ਦੀ ਸੰਗਤ ਦੇ ਵਿੱਚ ਤੁਸੀਂ ਰਹੇ ਹੋ ਕਿ ਭਾਈ ਕੋਈ ਵੀ ਸਿੰਘ ਹੋਵੇ ਤੇ ਉਹਨੂੰ ਇਸ ਤਰ੍ਹਾਂ ਨਾਮ ਲੈ ਕੇ ਬੁਲਾਇਆ ਜਾਵੇ ਜਾਂ ਆਪਣੇ ਮਨ ਦੀ ਈਰਖਾ ਉਹਦੇ ਨਾਲ ਇਸ ਤਰ੍ਹਾਂ ਕੱਢੀ ਜਾਵੇ ਇਹ ਵੀ ਸੰਗਤ ਨਾਲ ਜ਼ਰੂਰ ਸਾਂਝ ਕਰਿਓ ਵੀ ਇਹ ਬੋਲੀ ਇਹ ਤਰੀਕਾ ਜਾ ਜਿਹੜੇ ਸ਼ਬਦ ਤੁਸੀਂ ਵਰਤੇ ਨੇ ਇਹ ਵੀ ਤੁਹਾਨੂੰ ਜਥੇ ਤੋਂ ਸਿਖਾਏ ਗਏ ਨੇ ਜਾਂ ਬਾਬਾ ਠਾਕਰ ਸਿੰਘ ਜੀ ਹੁਣ ਆਪਾਸੋਂ ਸਿੱਖੇ ਨੇ ਜਾਂ ਤੁਹਾਡਾ ਆਪਣਾ ਨਿੱਜੀ ਗਿਆਨ ਹੈ ਵੀ ਜਿਹੜਾ ਕਿਸੇ ਦੂਜੇ ਬੰਦੇ ਨੂੰ ਅਸੀਂ ਬੰਦਾ ਹੀ ਨਹੀਂ ਸਮਝਦੇ ਹਰ ਸਾਲ ਜੂਨ 84 ਦੇ ਸ਼ਹੀਦਾਂ ਦੀ ਯਾਦ ਮਨਾਈ ਜਾਂਦੀ ਹੈ ਅਕਾਲ ਤਖਤ ਸਾਹਿਬ ਜੀ ਦੇ ਉੱਪਰ ਸ਼ਹੀਦਾਂ ਦੀ ਯਾਦਗਾਰ ਬਣਾ ਦਿੱਤੀ ਗਈ ਪੰਥ ਦੇ ਵਾਸਤੇ ਜਿੰਨਾ ਕੁ ਜੋਰ ਬਾਬਾ ਜੀ ਲਾ ਸਕਦੇ ਸਨ ਉਹਨਾਂ ਨੇ ਲਾਇਆ ਪਰ ਤੁਸੀਂ ਤੇ ਦੱਸੋ ਨਾ ਸੰਗਤ ਨੂੰ ਕਿ ਦਮਦਮੀ ਟਕਸਾਲ ਦੀ ਵਿਰੋਧਤਾ ਤੋਂ ਬਗੈਰ ਸੰਤ ਬਾਬਾ ਅਰਨਾਮ ਸਿੰਘ ਜੀ ਦੀ ਵਿਰੋਧਤਾ ਤੋਂ ਬਗੈਰ ਕਿਹੜਾ ਪੰਥਕ ਕਾਰਜ ਤੁਸੀਂ ਕਰ ਦਿੱਤਾ ਵੀ ਜਿਹੜਾ ਤੁਸੀਂ ਦਾਵਾ ਠੋਕ ਸਕੋ ਕਿ ਬਾਬਾ ਅਰਨਾਮ ਸਿੰਘ ਜੀ ਨਹੀਂ ਕਰ ਸਕੇ ਤੇ ਅਸੀਂ ਕਰ ਦਿੱਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਮੀਆਂ ਦਾ ਤੁਸੀਂ ਜ਼ਿਕਰ ਕਿੰਨੇ ਕੁ ਬੰਦੇ ਫੜ ਕੇ ਤੁਸੀਂ ਪੁਲਿਸ ਦੀ ਹਿਰਾਸਤ ਦੇ ਵਿੱਚ ਦਵਾ ਦਿੱਤੇ ਬੇਅਦਮੀਆਂ ਦੇ ਦੋਚੀ ਉਹ ਵੀ ਦੱਸਿਓ ਤੇ ਜਾਂ ਐਸਾ ਕਿਹੜਾ ਤੀਰ ਤੁਸੀਂ ਮਾਰਿਆ ਜਿਹੜਾ ਬਾਬਾ ਅਰਨਾਮ ਸਿੰਘ ਜੀ ਤੋਂ ਨਹੀਂ ਲੱਗਾ ਬਿਆਦਵਿਦੀ ਦੇ ਦੋਸ਼ੀਆਂ ਨੂੰ ਫੜਨ ਵਾਸਤੇ ਜਾਂ ਉਹਨਾਂ ਨੂੰ ਸੋਧੇ ਲਾਉਣ ਵਾਸਤੇ ਜਾਂ ਅੱਗੇ ਵਾਸਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਦਬੀਆਂ ਨਾ ਹੋਣ ਉਹਦੇ ਵਾਸਤੇ ਤੁਸੀਂ ਕੁਝ ਕਰ ਦਿੱਤਾ ਵੀ ਜਿਹੜਾ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਨਹੀਂ ਕਰ ਸਕੇ ਉਹ ਵੀ ਸੰਗਤ ਨਾਲ ਸਾਂਝ ਕਰ ਦਿਓ। ਜਾਂ ਕੇਵਲ ਮੇਰੇ ਵਾਂਗੂ ਫੇਸਬੁੱਕ ਤੇ ਬਹਿ ਕੇ ਵੀਡੀਓ ਪਾ ਕੇ ਤੇ ਆਪਾਂ ਪੰਥਕ ਬਣ ਜਾਂਦੇ ਆ ਤੇ ਜਿਹੜੇ ਗਰਾਊਂਡ ਜ਼ੀਰੋ ਤੇ ਕੰਮ ਕਰ ਰਹੇ ਨੇ ਸੰਗਤ 'ਚ ਵਿਚਰ ਰਹੇ ਨੇ ਉਹਨਾਂ ਨਾਲੋਂ ਅਸੀਂ ਬਹੁਤੇ ਵਿਦਵਾਨ ਆ ਕਿਉਂਕਿ ਕੰਮ ਤੇ ਦਿਹਾੜੀ ਅਸੀਂ ਆਪਣੀ ਲਾ ਲਈ ਤੇ ਸ਼ਾਮ ਨੂੰ ਆ ਕੇ ਬਹਿ ਕੇ ਗੂਗਲ ਤੇ ਸਰਚ ਕਰਕੇ ਸਾਹਮਣੇ ਲਿਆ ਕੇ ਸੰਗਤ ਦੇ ਸਾਂਝਾ ਕਰ ਦਿੱਤਾ ਤੇ ਉਸੇ ਗੂਗਲ ਦੀ ਤੁਸੀਂ ਗਵਾਹੀ ਭਰ ਰਹੇ ਹੋ ਜੀ ਦੇਖੋ ਜੀ ਸਿੱਕੇ ਦੀ ਛਪਾਈ ਦੀ ਗੱਲ ਕਰਦੇ ਨੇ ਪੱਥਰ ਦੀ ਛਪਾਈ ਦੀ ਗੱਲ ਕਰਦੇ ਨੇ ਐਨੇ ਸਨ ਦੇ ਵਿੱਚ ਲੇਜ਼ਰ ਪ੍ਰਿੰਟਿੰਗ ਸ਼ੁਰੂ ਹੋ ਚੁੱਕੀ ਸੀ ਉਹ ਭਾਈ ਸਾਹਿਬ ਆਪ ਜੀ ਪੜ੍ਹੇ ਲਿਖੇ ਹੋ ਕਿ ਲੇਜ਼ਰ ਪ੍ਰਿੰਟਿੰਗ ਉਸ ਵਕਤ ਜੇ ਸ਼ੁਰੂ ਹੋ ਚੁੱਕੀ ਸੀ ਅਮਰੀਕਾ ਕੈਨੇਡਾ ਬਰਨਲੇ ਮੁਲਕਾਂ ਦੇ ਅੰਦਰ ਤੇ ਉਹ ਭਾਰਤ ਵਿੱਚ ਵੀ ਪਹੁੰਚ ਗਈ ਸੀ ਤੇ ਜੇ ਭਾਰਤ ਦੇ ਵਿੱਚ 20 ਪਹੁੰਚ ਚੁੱਕੀ ਸੀ ਤੇ ਕੀ ਦੰਦਮੀ ਟਕਸਾਲ ਉਸ ਸਮੇਂ ਤੱਕ ਕੰਪਿਊਟਰਾਈਜ਼ ਹੋ ਚੁੱਕੀ ਸੀ ਕਿ ਜਿਹੜੀਆਂ ਇਹਨਾਂ ਚੀਜ਼ਾਂ ਦੀ ਵਰਤੋਂ ਕਰਦੀ ਹੋਵੇ ਅੱਜ ਦੇ ਸਮੇਂ ਦੇ ਅੰਦਰ ਫੇਸਬੁੱਕ WhatsApp ਸੋਸ਼ਲ ਮੀਡੀਆ ਦੀ ਪਰਮਾਰ ਹੈ ਤੇ ਲੱਖਾਂ ਦੀ ਗਿਣਤੀ ਜੇ ਤੁਹਾਨੂੰ ਮਿਲ ਜਾਣਗੇ ਸਿੰਘ ਬਾਣੀ ਪੜਨ ਵਾਲੇ ਬਾਣੇ ਵਾਲੇ ਜਿਨ੍ਹਾਂ ਨੂੰ ਨਹੀਂ ਪਤਾ WhatsApp ਕਿੱਦਾਂ ਚਲਾਈਦਾ ਫੇਸਬੁੱਕ ਕੀ ਹੁੰਦੀ ਹੈ ਤੇ ਟਵਿੱਟਰ ਤੇ ਕਿਵੇਂ ਜਾਣਾ ਤੇ ਜੇ ਕੱਲ ਨੂੰ ਤੁਸੀਂ ਉਹਨਾਂ ਨੂੰ ਇਹ ਦਲੀਲ ਦਿਓਗੇ ਕਹ ਜੀ ਤੁਹਾਡੇ ਤੋਂ ਤਾਂ ਕਈ ਸਾਲ ਪਹਿਲਾਂ ਇਹ ਚੀਜ਼ਾਂ ਵਿਕਸਿਤ ਹੋ ਚੁੱਕੀਆਂ ਸੀ ਤੇ ਫਿਰ ਉਹਨਾਂ ਸਿੰਘਾਂ ਦਾ ਕਸੂਰ ਹੋ ਜਾਏਗਾ ਇਹ ਤੇ ਕੋਈ ਦਲੀਲ ਨਾ ਨ ਹੋਈ ਤੇ ਜੇ ਪ੍ਰਿੰਟਿੰਗ ਪ੍ਰੈਸ ਚਾਲੂ ਹੋ ਚੁੱਕੀ ਸੀ ਡਿਜੀਟਲ ਪ੍ਰਿੰਟ ਆ ਚੁੱਕਾ ਸੀ ਤੇ ਫਿਰ ਇਹਦੇ ਤੋਂ ਕੀ ਸਾਬਤ ਹੁੰਦਾ ਹੈ ਕਿ ਜੀ ਬ੍ਰਹਮ ਕਵਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿਰਤ ਹੈ ਦੂਜਿਆਂ ਨੂੰ ਤੁਸੀਂ ਅਨਪੜ੍ਹ ਦੱਸਦੇ ਹੋ ਤੇ ਅੰਗਰੇਜ਼ੀ ਦੇ ਚਾਰ ਅੱਖਰ ਉਹ ਵੀ ਜੋੜ-ਤੋੜ ਕੇ ਰਹਿਸਲ ਕਰਕੇ ਤੁਸੀਂ ਪੜ੍ਹਦੇ ਹੋ ਤੇ ਬਾਅਦ ਵਿੱਚ ਸਿੰਘਾਂ ਨਾਲ ਇਹ ਗੱਲ ਕਰਦੇ ਹੋ ਕਹ ਜੀ ਤੁਹਾਡੇ ਤੋਂ ਤੇ ਪੜ੍ਹ ਨਹੀਂ ਹੋਣੀ ਕਿਸੇ ਵਿਦਵਾਨ ਤੋਂ ਪੜ੍ਹਾ ਲਿਓ ਤੁਸੀਂ ਤੇ ਦੱਸੋ ਨਾ ਵੀ ਤੁਸੀਂ ਕਿਹੜਾ ਐਸਾ ਲੈਕਚਰ ਤਿਆਰ ਕਰਕੇ ਨੌਜਵਾਨਾਂ ਬੱਚਿਆਂ ਨੂੰ ਦੇ ਦਿੱਤਾ ਜਾਂ ਅਮਰੀਕਾ ਦੀ ਧਰਤੀ ਦੇ ਉੱਪਰ ਤੁਸੀਂ ਕਿਹੜੀ ਯੂਨੀਵਰਸਿਟੀ ਚਲਾ ਰਹੇ ਹੋ ਜਿੱਦੇ ਤੁਸੀਂ ਪ੍ਰੋਫੈਸਰ ਹੋ ਤੇ ਤੁਹਾਨੂੰ ਵਿਦਿਆ ਦਾ ਗਿਆਨ ਬਹੁਤਾ ਜਾਂ ਭਾਸ਼ਾਵਾਂ ਦਾ ਗਿਆਨ ਬਹੁਤਾ ਤੇ ਦੂਜੇ ਸਿੰਘ ਤੁਹਾਡੀ ਨਜ਼ਰ ਦੇ ਵਿੱਚ ਐਵੇਂ ਨਹੀਂ। ਕੇਵਲ ਤੇ ਕੇਵਲ ਇੱਕ ਹੰਕਾਰ ਚੁੱਕੀ ਫਿਰਦੇ ਹੋ ਤੇ ਆਪਣੇ ਮਨ ਦੀ ਅੱਗ ਨੂੰ ਕੱਢਣ ਵਾਸਤੇ ਤੁਸੀਂ ਹੁਣ ਬਦਨਾਮੀ ਕਰਨ ਵਾਸਤੇ ਹੋਰ ਕੋਈ ਮੁੱਦਾ ਨਹੀਂ ਲੱਭਾ ਤੇ ਇਸ ਮੁੱਦੇ ਨੂੰ ਜਿਹੜਾ ਹਵਾ ਦਿੱਤੀ ਤੇ ਬਹੁਤ ਸਾਰੇ ਸਿੰਘਾਂ ਦੇ ਫੋਨ ਵੀ ਆਏ ਬਹੁਤ ਸਾਰੇ ਸਿੰਘਾਂ ਨੇ ਕਿਹਾ ਵੀ ਕੁਝ ਬੋਲੀਏ ਤੇ ਆਪਣਾ ਵੀ ਮੇਰਾ ਮਨ ਨਹੀਂ ਸੀ ਕਿ ਸਾਡਾ ਇਹ ਸਮਾਂ ਨਹੀਂ ਜਾਂ ਸਾਡਾ ਇਹ ਫਰਜ਼ ਨਹੀਂ ਬਣਦਾ ਵੀ ਅਸੀਂ ਇਸ ਮਸਲੇ 'ਚ ਦਖਲ ਦੇਈਏ ਜੇ ਬਾਬਾ ਜੀ ਨੇ ਇਹ ਗੱਲ ਕੀਤੀ ਹੈ ਪੰਥ ਦੇ ਮੁਖੀ ਸਹਿਬਾਨ ਸੱਜਣ ਬੈਠੇ ਨੇ ਦਲ ਪੰਥਾਂ ਦੇ ਮੁਖੀ ਉੱਥੇ ਬੈਠੇ ਨੇ ਬਾਬਾ ਜੀ ਦੇ ਨਾਲ ਰਹਿੰਦੇ ਨੇ ਉਹ ਆਪ ਹੀ ਇਸ ਮਸਲੇ ਨੂੰ ਨਿਜਠਣਗੇ ਸਾਡਾ ਇਹ ਫਰਜ਼ ਨਹੀਂ ਮੰਨਦਾ ਕਿ ਅਸੀਂ ਸੱਚ ਦਾ ਝੂਠ ਦਾ ਫੈਸਲਾ ਕਰੀਏ ਜੇਕਰ ਉਹ ਗੁਰਸਿੱਖ ਬੈਠੇ ਹੋਏ ਨੇ ਜਿੰਨੀ ਦੇਰ ਤੱਕ ਉਹ ਹਾਜ਼ਰ ਨੇ ਉੰਨੀ ਦੇਰ ਤੱਕ ਸਾਡੀ ਜ਼ਿੰਮੇਵਾਰੀ ਨਹੀਂ ਪਰ ਤੁਸੀਂ ਪਤਾ ਨਹੀਂ ਆਪਣੇ ਆਪ ਨੂੰ ਕਿਹੜੇ ਸ਼੍ਰੋਮਣੀ ਵਿਦਵਾਨ ਮੰਨਦੇ ਹੋ ਕਿ ਤੀਜੇ ਪਾਸੇ ਤੋਂ ਲੱਤ ਪਸਾਉਣੀ ਬੜੀ ਜ਼ਰੂਰੀ ਹੋ ਜਾਂਦੀ ਹੈ ਤੇ ਜੇਕਰ ਤੁਹਾਨੂੰ ਕੋਈ ਗੱਲ ਕਰਨ ਲਈ ਕਹਿੰਦਾ ਤੇ ਫਿਰ ਤੁਸੀਂ ਕਹਿੰਦੇ ਵੀ ਸਾਹਮਣੇ ਵਾਲੇ ਦੀ ਔਕਾਤ ਨਹੀਂ ਸਾਡੇ ਨਾਲ ਗੱਲ ਕਰਨ ਦੀ ਤੇ ਹੁਣ ਤੁਸੀਂ ਸੰਗਤ ਨੂੰ ਦੱਸਿਓ ਵੀ ਜਿਹੜੇ ਬਾਬਾ ਠਾਕੁਰ ਸਿੰਘ ਜੀ ਦਾ ਨਾਮ ਲੈ ਕਰਕੇ ਤੁਸੀਂ ਗੱਲਾਂ ਕਰਦੇ ਹੋ ਜਾਂ ਬਾਬਾ ਠਾਕੁਰ ਸਿੰਘ ਜੀ ਨੂੰ ਤੁਸੀਂ ਸਤਕਾਰ ਆਦਰ ਦਿੰਦੇ ਹੋ ਹਰ ਸਾਲ ਉਹਨਾਂ ਦੇ ਨਾਮ ਦੇ ਉੱਪਰ ਸੰਤ ਬਾਬਾ ਕਰਤਾਰ ਸਿੰਘ ਜੀ ਦੇ ਨਾਮ ਦੇ ਉੱਪਰ ਵਰਸੀਆਂ ਮਨਾ ਕਰਕੇ ਮਾਇਆ ਕੱਠੀ ਨਹੀਂ ਕੀਤੀ ਜਾਂਦੀ ਜਿੰਨਾ ਸਮਾਗਮਾਂ ਦੇ ਵਿੱਚ ਤੁਸੀਂ ਵੀ ਮੁੱਖ ਮਹਿਮਾਨ ਬਣ ਕੇ ਸ਼ਾਮਲ ਹੁੰਦੇ ਹੋ ਤੇ ਉਹਨਾਂ ਸਮਾਗਮਾਂ 'ਚੋਂ ਇਕੱਠੀ ਕੀਤੀ ਮਾਇਆ ਦੇ ਨਾਲ ਕਿੰਨੇ ਬੱਚਿਆਂ ਨੂੰ ਸੰਥਿਆ ਦਿੱਤੀ ਜਾਂਦੀ ਆ ਕਿਹੜੀ ਟਕਸਾਲ ਦੇ ਵਿੱਚੋਂ ਮਾਇਆ ਭੇਜੀ ਜਾਂਦੀ ਆ ਕਿਹੜੇ ਜਥੇ ਦੇ ਵਿੱਚੋਂ ਮਾਇਆ ਖਰਚ ਕੀਤੀ ਜਾਂਦੀ ਆ ਇਹ ਵੀ ਸੰਗਤ ਨਾਲ ਸਾਂਝਾ ਕਰ ਦਿਓ ਕਿਉਂਕਿ ਸਬੂਤ ਤੇ ਤੁਹਾਡੇ ਕੋਲ ਬਹੁਤੇ ਹੋਣਗੇ ਕੇਵਲ ਤੇ ਕੇਵਲ ਸੰਤਾਂ ਮਹਾਂਪੁਰਖਾਂ ਦੇ ਨਾਮ ਵਰਤ ਕਰਕੇ ਆਪਣਾ ਧੰਦਾ ਚਲਾਇਆ ਹੋਇਆ ਹੈ ਇਸ ਅੰਦਵਾਬਾ ਆਰਨਮ ਸਿੰਘ ਜੀ ਜਿਹੜੇ ਉੱਥੇ ਬਹਿ ਕਰਕੇ ਸ਼ਹੀਦਾਂ ਦੀ ਯਾਦਗਾਰ ਬਣਾ ਰਹੇ ਨੇ ਸ਼ਹੀਦਾਂ ਦੇ ਪਰਿਵਾਰਾਂ ਦੀ ਸੇਵਾ ਕਰ ਰਹੇ ਨੇ ਅੱਜ ਤੱਕ ਕਦੇ ਵੀ ਉਹਨਾਂ ਦੀ ਸਟੇਟਮੈਂਟ ਜੇ ਤੁਸੀਂ ਸੁਣੀ ਹੈ ਜਾਂ ਆਈ ਹੈ ਤੇ ਸੰਗਤ ਨਾਲ ਉਹ ਵੀ ਸਾਂਝੀ ਕਰ ਦਿਓ ਵੀ ਮਹਿਤੇ ਵਾਲੇ ਮਾਇਆ ਮੰਗਦੇ ਨੇ ਜਾਂ ਮਹਾਪੁਰਖਾਂ ਦੀ ਯਾਦ ਮਨਾਉਣ ਵਾਸਤੇ ਢਾਲ ਚਾਹੀਦੀ ਹੈ 6 ਜੂਨ ਦੇ ਸਮਾਗਮ ਵਾਸਤੇ ਮਾਇਆ ਚਾਹੀਦੀ ਹੈ ਨਾਲ ਰਹਿਣ ਦੇ ਤੁਸੀਂ ਦਾਅਵੇ ਕਰਦੇ ਹੋ ਉਹਨਾਂ ਦਾ ਨਾਂ ਲੈ ਕੇ ਹਰ ਸਾਲ ਪੋਸਟਰ ਲਾਏ ਜਾਂਦੇ ਨੇ ਤੇ ਸੰਗਤਾਂ ਤੋਂ ਵੱਧ ਤੋਂ ਵੱਧ ਮਾਇਆ ਦੀ ਉਗਰਾਹੀ ਕੀਤੀ ਜਾਂਦੀ ਹੈ ਤੇ ਫਿਰ ਉਸ ਮਾਇਆ ਦੇ ਨਾਲ ਆਪੋ ਆਪਣੀਆਂ ਸੰਸਥਾਵਾਂ ਚਲਾਈਆਂ ਜਾਂਦੀਆਂ ਨੇ ਤੇ ਜੇ ਇਹ ਕਾਰਜ ਪੰਥਕ ਨੇ ਜਾਂ ਇਹੋ ਜਿਹੇ ਕੰਮ ਕਰਨ ਦੇ ਨਾਲ ਬਹੁਤੇ ਪੰਥਕ ਹੋ ਜਾਈਦਾ ਤੇ ਫਿਰ ਅਸੀਂ ਵੀ ਇੱਕ ਸੰਸਥਾ ਸਟੈਬਲਿਸ਼ ਕਰ ਲੈਨੇ ਆ ਬਾਬਾ ਜੀ ਨੂੰ ਫੋਨ ਕਰਕੇ ਅਸੀਂ ਵੀ ਅੱਗੇ ਆ ਲੈ ਲੈਨੇ ਆ ਜੇ ਸਾਨੂੰ ਵੀ ਹੁਕਮ ਕਰ ਦੇਣ ਵੀ ਅਸੀਂ ਵੀ ਇੱਕ ਗਰੁੱਪ ਬਣਾ ਲਈਏ ਤੇ ਅਸੀਂ ਵੀ ਇੱਕ ਮਹਾਂਪੁਰਖ ਜਿਹੜੇ ਚੁਣ ਲਈਏ ਤੇ ਉਹਨਾਂ ਦੀ ਯਾਦ ਹਰ ਸਾਲ ਮਨਾ ਕਰਕੇ ਤੇ ਮਾਇਆ ਆਪਣੇ ਖੀਸਿਆਂ ਚ ਪਾ ਲਿਆ ਕਰੀਏ ਪਰ ਸਾਡਾ ਇਹ ਰਸਤਾ ਨਹੀਂ ਗੁਰੂ ਜੀ ਸਮਾਂ ਪਹਿਲਾਂ ਵੀ 10 ਦੀ ਮੁਲਾਕਾਤ ਹੋਈ ਸੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਮਹਾਂਪੁਰਖਾਂ ਦੇ ਨਾਲ ਮੈਂ ਤੇ ਚੌਕ ਵਿਖੇ ਹੀ 10 ਮਿਲਣ ਵਾਸਤੇ ਗਿਆ ਸੀ ਤੇ ਅਸੀਂ ਬਚਨ ਬਿਲਾਸ ਕਰਦੇ ਆ ਬਾਬਾ ਜੀ ਨੂੰ ਇਹ ਗੱਲ ਕਹੀ ਸੀ ਕਿ ਮਹਾਂਪੁਰਖਾਂ ਦੀ ਯਾਦ ਮਨਾਉਂਦੇ ਆ ਸੰਤਾਂ ਮਹਾਂਪੁਰਖਾਂ ਦੇ ਦਿਹਾੜੇ ਮਨਾਉਂਦੇ ਆ ਟਕਸਾਲ ਦੇ ਸਿੰਘਾਂ ਦੇ ਨਾਲ ਮਿਲਵਰਤਨ ਕਰਨਾ ਪੈਂਦਾ ਪਰ ਉਹੀ ਸਿੰਘ बार-बार ਤੁਹਾਨੂੰ ਮੁਖੀ ਮੰਨਣ ਤੋਂ ਇਨਕਾਰੀ ਨੇ ਸੰਤ ਬਾਬਾ ਜਨੈਲ ਸਿੰਘ ਜੀ ਦੇ ਨਾਮ ਦੇ ਉੱਪਰ ਬਾਬਾ ਠਾਕੁਰ ਸਿੰਘ ਜੀ ਦੇ ਨਾਮ ਦੇ ਉੱਪਰ ਤੇ ਤੁਹਾਡੇ ਜੀਵਨ ਦੇ ਉੱਪਰ ਬਹੁਤ ਐਸੀਆਂ ਗੱਲਾਂ ਕਰਦੇ ਨੇ ਜਿਹੜਾ ਸੰਗਤਾਂ ਦੇ ਵਿੱਚ ਆਪਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ ਤੇ ਬਾਬਾ ਜੀ ਨੇ ਇਹ ਗੱਲ ਕਹੀ ਸੀ ਕਿ ਭਗੇਲ ਸਿੰਘਾ ਇਸ ਗੱਲ ਦਾ ਤੁਸੀਂ ਬਿਲਕੁਲ ਵੀ ਫਿਕਰ ਨਹੀਂ ਕਰਨਾ ਸੰਤਾਂ ਮਹਾਂਪੁਰਖਾਂ ਦੇ ਦਿਹਾੜੇ ਕੋਈ ਵੀ ਮਨਾਉਂਦਾ ਸਾਡਾ ਫਰਜ਼ ਬਣਦਾ ਅਸੀਂ ਜਾ ਕੇ ਸ਼ਰਧਾ ਦੇ ਫੁੱਲ ਭੇਟ ਕਰੀਏ ਜੇਕਰ ਕੋਈ ਸੱਦਦਾ ਹੈ ਤੇ ਜ਼ਰੂਰ ਜਾਓ ਜੇਕਰ ਕੋਈ ਨਹੀਂ ਵੀ ਸੱਦਦਾ ਤੇ ਫਿਰ ਵੀ ਭਾਵੇਂ ਨਮਸਕਾਰ ਕਰਕੇ ਮੋੜਾਓ ਉੱਥੇ ਜਾਣਾ ਚਾਹੀਦਾ ਹੈ ਕਿਉਂਕਿ ਉਹਨਾਂ ਮਹਾਪੁਰਖਾਂ ਦੀ ਪੰਥ ਨੂੰ ਬਹੁਤ ਵੱਡੀ ਦੇਣ ਹੈ ਤੇ ਜੇ ਉਹਨਾਂ ਸਟੇਜਾਂ ਤੇ ਬਹਿ ਕਰਕੇ ਕੋਈ ਸਾਡੇ ਖਿਲਾਫ ਬਾਬਾ ਹਨਾਂਮ ਸਿੰਘ ਜੀ ਦੇ ਖਿਲਾਫ ਬੋਲਦਾ ਜਾਂ ਕੋਈ ਐਸੀ ਗੱਲ ਕਰਦਾ ਜਿਹੜੀ ਚੰਗੀ ਨਹੀਂ ਲੱਗਦੀ ਉਹਦਾ ਉੱਤਰ ਤੁਸੀਂ ਨਹੀਂ ਦੇਣਾ ਉਹਨਾਂ ਨੂੰ ਆਪਣਾ ਕੰਮ ਕਰਨ ਦਿਓ ਤੇ ਤੁਹਾਡੇ ਤੋਂ ਪ੍ਰਚਾਰ ਦੀ ਤੇ ਕੌਮ ਦੀ ਜਿੰਨੀ ਕਿ ਸੇਵਾ ਹੋ ਸਕਦੀ ਉਹ ਕਰੋ ਜੇ ਨਹੀਂ ਹੋ ਸਕਦੀ ਤੇ ਚੁੱਪ ਕਰਕੇ ਆਪਣੇ ਕੰਮ ਕਰੋ ਤੁਹਾਨੂੰ ਕੋਈ ਲੋੜ ਨਹੀਂ ਕੋਈ ਵਾਦ-ਵਿਵਾਦ ਖੜਾ ਕਰਨ ਦੀ ਜਾ ਕਿਸੇ ਨੂੰ ਉੱਤਰ ਦੇਣ ਦੀ ਜਾਂ ਕਿਸੇ ਦਾ ਪੱਖ ਲੈਣ ਦੀ ਜਿਹੜੇ ਮੇਰੀ ਨਿਧਿਆ ਕਰਦੇ ਨੇ ਮੈਂ ਆਪੇ ਉਹਨਾਂ ਨੂੰ ਉੱਤਰ ਦੇ ਦੇਵਾਂਗਾ ਇਹ ਉਹਨਾਂ ਦੀ ਨਿਮਰਤਾ ਉਹਨਾਂ ਦਾ ਸਤਕਾਰ ਹੈ ਤੇ ਬਹੁਤ ਵੇਰਾਂ ਅਸੀਂ ਤੁਹਾਡੇ ਵਰਗੇ ਹੋਰ ਵੀ ਗੁਰਸਿੱਖ ਆ ਗਏ ਨੇ ਜਿਨ੍ਹਾਂ ਦਾ ਤੁਹਾਡੇ ਨਾਲ ਮਿਲ ਵਰਤਨ ਹੈ ਐਸੀਆਂ ਗੱਲਾਂ ਕਰਦੇ ਨੇ ਪਰ ਅਸੀਂ ਕਦੇ ਆਵਾਦ ਵਿਵਾਦ ਨਹੀਂ ਕੀਤਾ ਹਰ ਵਾਰ ਸਤਕਾਰ ਨਾਲ ਝੁੱਕ ਕੇ ਫਤਿਹ ਬੁਲਾਈ ਦੀ ਹੈ ਤੇ ਤੁਹਾਡੀ ਤੋਂ ਇੰਦੀ ਆਕੜ ਹੀ ਰਹਿੰਦੀ ਹੈ ਵੀ ਤੁਸੀਂ ਫਤਿਹ ਬੁਲਾਉਣ ਦੇ ਜਵਾਬ ਦੇ ਵਿੱਚ ਫਤਿਹ ਵੀ ਨਹੀਂ ਬੁਲਾ ਸਕਦੇ ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਪਿਛਲੇ ਸਾਲ ਗੁਰੂ ਹਰਰਾਇ ਸਿੰਘ ਸਾਹਿਬ ਸਮਾਲ ਨੂੰ ਕੀਤਾ ਗਿਆ ਸੀ ਤੇ ਤੁਸੀਂ ਵਿਸ਼ੇਸ਼ ਤੌਰ ਤੇ ਆਏ ਸੀ ਤੇ ਦਾਸ ਖੁਦ ਚੱਲ ਕਰਕੇ ਤੁਹਾਡੇ ਆਦਰ ਸਤਕਾਰ ਵਜੋਂ ਤੁਹਾਨੂੰ ਝੁੱਕ ਕੇ ਫਤਿਹ ਬਲਾਈ ਸੀ ਤੇ ਤੁਹਾਡੇ ਕੋਲੋਂ ਇੰਨਾ ਵੀ ਹਿੱਲਾ ਨਹੀਂ ਸੀ ਹੋਇਆ ਭਾਈ ਜਸਵਿੰਦਰ ਸਿੰਘ ਜੀ ਕਿ ਮੈਂ ਫਤਿਹ ਦਾ ਜਵਾਬ ਫਤਿਹ 'ਚ ਦੇ ਦਿਆਂ ਪਤਾ ਨਹੀਂ ਕਿੱਡੀ ਕੁ ਵਿਦਵਤਾ ਤੁਹਾਡੇ ਕੋਲ ਹੈ ਕਿ ਜਿਹਦਾ ਗਿਆਨ ਤੁਹਾਨੂੰ ਇੰਨਾ ਰੋਕ ਦਿੰਦਾ ਹੈ ਕਿ ਜੇਕਰ ਕੋਈ ਸਿੰਘ ਤੁਹਾਨੂੰ ਫਤਿਹ ਬੁਲਾਉਂਦਾ ਹੈ ਤੇ ਅਸੀਂ ਉਹਨੂੰ ਜਵਾਬ ਦੇ ਵੀ ਫਤਿਹ ਬੁਲਾ ਦਈਏ ਤੇ ਗੱਲਾਂ ਤੁਸੀਂ ਕਰਦੇ ਹੋ ਕਿ ਪੰਥ ਦੇ ਵਿੱਚ ਦਮਦਮੀ ਟਕਸਾਲ ਦੇ ਵਿੱਚ ਵਿਦਵਾਨ ਹੋਣ ਦੀਆਂ ਤੋਂ 10 ਵੱਲੋਂ ਇਹ ਬੇਨਤੀ ਸੀ ਕਿ ਭਾਈ ਹੁਣ ਗੋਲਮੋਲ ਕੀਤੀਆਂ ਗੱਲਾਂ ਦੇ ਨਾਲ ਕੰਮ ਨਹੀਂ ਬੰਨਾ ਭਾਵੇਂ ਭਾਈ ਜਨਾਲਾ ਜੀ ਹੁਣ ਭਾਵੇਂ ਤੁਸੀਂ ਹੋ ਤੇ ਭਾਵੇਂ ਗੁਰਪ੍ਰੀਤ ਸਿੰਘ ਜੀ ਨੇ ਹੁਣ ਤੁਸੀਂ ਆਪਣੇ ਪੈਰਾਂ ਤੇ ਕੁਹਾੜਾ ਆਪ ਮਾਰਿਆ ਤੇ ਪੰਥ ਨੇ ਜਿੰਨਾ ਤੁਹਾਨੂੰ ਆਦਰ ਸਤਕਾਰ ਦਿੱਤਾ ਸੀ ਸੰਤਾਂ ਮਹਾਂਪੁਰਖਾਂ ਦੇ ਨਾਲ ਰਹਿਣ ਵਾਲੇ ਸੰਗੀ ਸਾਥੀ ਕਰਕੇ ਦਮਦਮੀ ਟਕਸਾਲ ਦੇ ਸਿੰਘ ਕਰਕੇ ਤੇ ਪੰਥ ਚ ਪਵਾੜਾ ਨਾ ਪਵੇ ਉਸ ਸਾਰੇ ਸਤਕਾਰ ਨੂੰ ਮਿੱਟੀ ਚ ਮਲਾਉਣ ਵਾਲੇ ਤੁਸੀਂ ਆਪ ਖੁਦ ਜ਼ਿੰਮੇਵਾਰ ਹੋ ਤੇ ਆਉਣ ਵਾਲਾ ਸਮਾਂ ਤੁਹਾਨੂੰ ਦੱਸੇਗਾ ਕਿ ਜਿਨ੍ਹਾਂ ਦੀ ਨਿੰਦਿਆ ਕਰਦੇ ਆ ਜਿਨ੍ਹਾਂ ਦੇ ਜੀਵਨ ਦੇ ਉੱਪਰ ਉਂਗਲਾਂ ਚੁੱਕਦੇ ਆ ਬੋਲ ਕਬੋਲ ਬੋਲੇ ਤੇ ਕੋਈ ਮੌਕਾ ਤੁਸੀਂ ਜਾਣ ਨਹੀਂ ਦਿੱਤਾ ਇੱਕ ਪਾਸੇ ਉਹ ਲੋਕ ਨੇ ਜਿਹੜੇ ਪੰਥ ਦੇ ਦੋਖੀ ਨੇ ਗੁਰੂ ਗ੍ਰੰਥ ਦੇ ਖਿਲਾਫ ਬੋਲਦੇ ਨੇ ਪੰਥ ਦੇ ਖਿਲਾਫ ਬੋਲਦੇ ਨੇ ਤੁਸੀਂ ਤੇ ਉਹਨਾਂ ਤੋਂ ਵੀ ਚਾਰ ਕਦਮ ਅੱਗੇ ਨਿਕਲ ਗਏ ਕਿ ਜਿਹੜੀ ਥਾਲੀ ਚ ਖਾਦਾ ਤੇ ਉਸੇ ਜੀ ਸ਼ੇਕ ਕੀਤਾ ਖੁੱਦ ਨੂੰ ਟਕਸਾਲ ਦੇ ਸਿੰਘ ਤੇ ਮਹਾਪੁਰਖਾਂ ਦੇ ਸੰਗੀ ਸਾਥੀ ਦੱਸ ਦਿਓ ਤੇ ਤੁਹਾਡੀ ਬੋਲੀ ਤੇ ਤੁਹਾਡੇ ਜੀਵਨ ਦੀ ਝਲਕ ਚੋਂ ਉਹਨਾਂ ਮਹਾਪੁਰਖਾਂ ਦੇ ਨਾਲ ਕੋਈ ਵਿਵਾਭਸਤਾ ਨਜ਼ਰ ਨਹੀਂ ਪੈਂਦਾ ਤੇ ਹੁਣ ਜ਼ਰੂਰ ਇਸ ਗੱਲ ਦਾ ਸਬੂਤ ਸੰਗਤ ਨੂੰ ਦਿਓ ਵੀ ਜਿਹੜਾ ਗੁਟਕਾ ਪਹਿਲਾਂ ਤੁਸੀਂ ਸਾਂਝਾ ਕਰਕੇ ਇਹ ਗੱਲ ਕਹੀ ਸੀ ਕਿ ਬ੍ਰਹਮ ਕਵਚ ਦੀ ਬਾਣੀ ਸੰਤਾਂ ਨੇ ਲਿਖਵਾਈ ਉਸ ਪ੍ਰੈਸ ਦਾ ਕੋਈ ਨੋਟ ਉਸ ਪ੍ਰੈਸ ਦੀ ਕੋਈ ਡੇਟ ਜਾਂ ਉਸ ਪ੍ਰੈਸ ਦੇ ਕੋਈ ਮਾਲਕ ਦੀ ਚਿੱਠੀ ਜ਼ਰੂਰ ਸੰਗਤ ਨਾਲ ਸਾਂਝੀ ਕਰਿਓ ਵੀ ਕਿਹੜੇ ਸਮੇਂ ਕਿਹੜੀ ਤਰੀਕ ਛਾਪਈ ਗਏ ਕਿੰਨਾ ਨੇ ਛਪਾਈ ਉਦੀ ਮਾਇਆ ਇਹਨਾਂ ਨੇ ਕਿੰਨੀ ਲਈ ਤੇ ਜਿਹੜੇ ਤਿੰਨ ਗੁਟਕਾ ਸਾਹਿਬ ਤੁਸੀਂ ਬਾਅਦ ਚ ਸਾਂਝੇ ਕੀਤੇ ਨੇ ਉਹਨਾਂ ਦੇ ਵਿੱਚ ਬ੍ਰਹਮ ਕਵਚ ਦੀ ਬਾਣੀ ਕਿੱਥੇ ਲਿਖੀ ਹੋਈ ਆ ਤੇ ਜਿਹੜੀ ਸੰਤਾਂ ਦੀ ਇੱਕ ਆਡੀਓ ਤੁਸੀਂ ਸ਼ੇਅਰ ਕਰਕੇ ਇਹ ਗੱਲ ਕਹੀ ਕਿ ਸੰਤ ਮਹਾਂਪੁਰਖਾਂ ਨੇ ਕਥਾ ਕਰਦੇ ਆ ਜ਼ਿਕਰ ਕੀਤਾ ਕਿ ਭਾਈ ਇਹ ਬ੍ਰਹਮ ਕਵਚ ਹੈ ਉਸ ਬਾਣੀ ਦਾ ਸਰਲੇਖ ਕੀ ਹੈ ਉਸ ਬਾਣੀ ਦੀ ਪੂਰੀ ਕਥਾ ਕਿਰਪਾ ਕਰਕੇ ਜ਼ਰੂਰ ਸੰਗਤ ਨੂੰ ਪਾ ਦਿਓ ਭਾਵੇਂ ਲੰਮੀ ਵੀਡੀਓ ਤੁਸੀਂ ਕਹਿੰਦੇ ਸੀ ਵੀ ਬਹੁਤ ਹੋ ਜਾਣੀ ਆ ਅਸੀਂ ਸਮਾਂ ਕੱਢ ਕੇ ਕੋਈ 2 ਘੰਟੇ 3 ਘੰਟੇ ਸੁਣ ਲਾਂਗੇ ਤਾਂ ਜੋ ਸਾਨੂੰ ਵੀ ਪਤਾ ਲੱਗ ਜੇ ਇਸੇ ਬਾਅਨੇ ਸੰਤਾਂ ਦੀ ਕੀਤੀ ਹੋਈ ਕਥਾ ਇੱਕ ਵਾਰਾ ਫੇਰ ਸੁਣ ਲਾਂਗੇ ਤੇ ਨਾਲੇ ਸੰਗਤਾਂ ਨੂੰ ਪਤਾ ਲੱਗ ਜਾਏਗਾ ਵੀ ਭਾਈ ਕਿਹੜੇ ਪ੍ਰਸੰਗ ਦੀ ਕਥਾ ਹੋ ਰਹੀ ਆ ਕਿਹੜੀ ਬਾਣੀ ਦੀ ਕਥਾ ਹੋ ਰਹੀ ਆ ਤੇ ਕਿਹੜੇ ਸੰਦਰਭ ਦੇ ਵਿੱਚ ਮਹਾਂਪੁਰਖਾਂ ਨੇ ਉਹ ਗੱਲ ਕੀਤੀ ਆ ਤੇ ਜਿਹੜਾ ਬ੍ਰਹਮ ਕਵਚ ਗੁਟਕਾ ਸਾਹਿਬ ਦੇ ਵਿੱਚ ਛਾਪਿਆ ਹੋਇਆ ਜਿਹੜਾ ਤੁਸੀਂ ਸਾਂਝਾ ਕੀਤਾ ਸੀ ਉਹਦੀ ਬਾਣੀ ਵੀ ਸੰਗਤ ਨਾਲ ਸਾਂਝੀ ਕਰਿਓ ਤੇ ਜਿਹੜੇ ਸੰਤ ਬਾਬਾ ਜਰਨੈਲ ਸਿੰਘ ਜੀ ਹੁਣੀ ਕਥਾ ਕਰ ਰਹੇ ਨੇ ਜਿਹਨਾਂ ਦੀ ਤੁਸੀਂ ਕਲਿੱਪ ਪਾਈ ਸੀ ਉਹ ਦੋਵੇਂ ਬਰਾਬਰ ਲਾ ਕੇ ਸੰਗਤ ਨੂੰ ਵਿਖਾਓ ਵੀ ਇਹ ਉਹੀ ਬਾਣੀ ਐ ਜਿਨ੍ਹਾਂ ਦੀ ਕਥਾ ਸੰਤ ਮਹਾਪੁਰਖ ਕਰ ਰਹੇ ਨੇ ਤੇ ਜਿਹੜੀ ਗੁਟਕਾ ਸਾਹਿਬ ਚ ਲਿਖੀ ਹੋਈ ਹੈ ਉਹ ਤੇ ਤੁਹਾਡੇ ਕੋਲ ਸਬੂਤ ਮੌਜੂਦ ਹੋਣਗੇ ਉਹ ਜ਼ਰੂਰ ਸੰਗਤ ਨਾਲ ਸਾਂਝੇ ਕਰ ਦਿਓ ਨਹੀਂ ਤੇ ਫਿਰ ਸੰਗਤ ਨੂੰ ਦੱਸਿਓ ਵੀ ਜਿਹੜੇ ਬ੍ਰਹਮ ਕਵਚ ਦੀ ਸੰਤ ਗਿਆਨੀ ਹਰਨਾਮ ਸਿੰਘ ਜੀ ਹੁਣਾਂ ਨੇ ਗੱਲ ਕੀਤੀ ਹੈ ਉਹ ਕਿਹੜਾ ਹੈ ਤੇ ਦੂਸਰਾ ਬ੍ਰਹਮ ਕਵਚ ਜਿਹਦੀ ਸੰਤ ਬਾਬਾ ਜਨੈਲ ਸਿੰਘ ਜੀ ਹੁਣੀ ਕਥਾ ਕਰਦੇ ਹੋયા ਜ਼ਿਕਰ ਕੀਤਾ ਉਹ ਵਿਚਿਤ੍ਰਨਾਟਕ ਦੇ ਵਿੱਚ ਲਿਖੀ ਹੋਈ ਕਿਹੜੀ ਬਾਣੀ ਹੈ ਤੇ ਜਿਹੜਾ ਬ੍ਰਹਮ ਕਵਚ ਤੁਸੀਂ ਗੱਲ ਕਰ ਰਹੇ ਹੋ ਫਿਰ ਉਸ ਬਾਣੀ ਦਾ ਇਹ ਸੰਤਾਂ ਵੱਲੋਂ ਕੀਤੀ ਹੋਈ ਕਥਕ ਦਾ ਮੇਲ ਕਿਉਂ ਨਹੀਂ ਹੋ ਰਿਹਾ ਇਹ ਵੀ ਸੰਗਤ ਨੂੰ ਤੁਸੀਂ ਸਪਸ਼ਟ ਕਰ ਦਿਓ ਤਾਂ ਜੋ ਸੰਗਤ ਨੂੰ ਪਤਾ ਲੱਗ ਜੇ ਸੋ 10 ਵੱਲੋਂ ਇੰਨੀ ਕੋ ਬੇਨਤੀ ਸੀ ਕਿ ਅਸੀਂ ਤੁਹਾਡਾ ਸਤਿਕਾਰ ਅੱਜ ਵੀ ਕਰਦੇ ਆ ਕਿ ਟਕਸਾਲ ਦੇ ਸਿੰਘ ਹੋ ਜਥੇ 'ਚ ਵਿਚਰਦੇ ਰਹੇ ਹੋ ਮਹਾਪੁਰਖਾਂ ਦੇ ਸੰਗੀ ਰਹੇ ਹੋ ਤੇ ਮੇਰੇ ਵਰਗੇ अनेਕਾਂ ਇੱਥੇ ਗੁਰਸਿੱਖ ਹੋਣਗੇ ਜਿਨ੍ਹਾਂ ਦੇ ਮਨ ਦਾ ਇਹ ਬਲਬਲਾ ਰਿਹਾ ਖਾਸ ਕਰਕੇ ਮੇਰਾ ਨਿੱਜੀ ਇਹ ਬਲਬਲਾ ਰਿਹਾ ਕਿ ਸਾਨੂੰ ਸਮਾਂ ਨਹੀਂ ਮਿਲਿਆ ਮਹਾਪੁਰਖਾਂ ਦੇ ਨਾਲ ਰਹਿਣ ਦਾ ਜਾਂ ਜਥੇ ਦੇ ਵਿੱਚ ਵਿਚਰਣ ਦਾ ਦੇ ਟਕਸਾਲ ਦੇ ਵਿੱਚ ਰਹਿ ਕਰਕੇ ਉੱਥੇ ਵਿਦਿਆ ਪ੍ਰਾਪਤ ਕਰਨ ਦਾ ਤੇ ਇਸੇ ਕਰਕੇ ਉੱਥੋਂ ਆਏ ਹੋਏ ਵਿਦਿਆਰਥੀਆਂ ਦਾ ਆਪ ਜੀ ਵਰਗੇ ਗੁਰਸਿੱਖਾਂ ਦਾ ਅਸੀਂ ਦਿਲੋਂ ਸਤਿਕਾਰ ਕਰਦੇ ਸੀ ਕਿ ਆਪ ਜੀ ਨੇ ਮਹਾਂਪੁਰਖਾਂ ਦੇ ਦਰਸ਼ਨ ਕੀਤੇ ਉਹਨਾਂ ਦੇ ਨਾਲ ਰਹੇ ਜਥੇ ਦੇ ਵਿੱਚ ਰਹਿ ਕਰਕੇ ਵਿਦਿਆ ਪ੍ਰਾਪਤ ਕੀਤੀ ਅਸੀਂ ਤੇ ਜੋ ਤਿਲਮਾਤਰ ਸਾਨੂੰ ਆਪ ਜੀ ਦੇ ਗੁਰਸਿੱਖਾਂ ਦੇ ਚਰਨਾਂ ਦੇ ਪਿੱਛੇ ਜਿੰਨਾ ਨੂੰ ਮਤਬੁੱਧ ਮਿਲੀ ਹੈ ਵਿਦੇਸ਼ਾਂ ਦੇ ਵਿੱਚ ਰਹਿੰਦਿਆਂ ਹੋਇਆਂ ਉਹ ਟਕਸਾਲ ਦੇ ਸਿੰਘਾਂ ਦੇ ਚਰਨਾਂ ਪਿੱਛੇ ਹੀ ਮਿਲੀ ਹੈ ਪਰ ਅੱਜ ਇਸ ਗੱਲ ਦੇ ਉੱਪਰ ਮਾਣ ਮਹਿਸੂਸ ਹੁੰਦਾ ਕਿ ਜੇਕਰ ਮਹਾਪੁਰਖਾਂ ਦੇ ਨਾਲ ਰਹਿ ਕਰਕੇ ਉਹਨਾਂ ਦੀ ਸੰਗਤ ਕਰਕੇ ਜਥੇ ਵਿਚਰ ਕਰਕੇ ਸਿੰਘਾਂ ਦਾ ਜੀਵਨ ਤੁਹਾਡੇ ਵਰਗਾ ਹੁੰਦਾ ਉਹਨਾਂ ਦੀ ਬੋਲੀ ਤੁਹਾਡੇ ਵਰਗੀ ਹੁੰਦੀ ਜਾਂ ਦੂਜੇ ਸਿੰਘਾਂ ਨੂੰ ਆਦਰ ਸਤਕਾਰ ਜਿਵੇਂ ਤੁਸੀਂ ਦੇ ਰਹੇ ਹੋ ਇਦਾਂ ਦਾ ਹੁੰਦਾ ਤੇ ਅਸੀਂ 100 ਗੁਣਾ ਚੰਗੇ ਰਹਿ ਗਏ ਕਿ ਅਸੀਂ ਤੁਹਾਡੇ ਵਰਗੇ ਸਿੰਘਾਂ ਦੇ ਨਾਲ ਨਹੀਂ ਵਿਚਰੇ ਨਹੀਂ ਤੇ ਸਾਡਾ ਵੀ ਹਾਲ ਇਹੀ ਹੁੰਦਾ ਤੇ ਅੱਜ ਪੰਥ ਦੇ ਵਿੱਚ ਟਕਸਾਲ ਦੀ ਪੰਥ ਦੀ ਤੇ ਕੌਮ ਦੀ ਜੋ ਖਿੱਲੀ ਉਡਾਈ ਜਾ ਰਹੀ ਹੈ ਕੋ ਤੀਜਾ ਨਹੀਂ ਉਹਦੇ ਜ਼ਿੰਮੇਵਾਰ ਤੁਸੀਂ ਹੋ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਉਮੀਦ ਕਰਦਾ ਕਿ ਕੀਤੀਆਂ ਹੋਈਆਂ ਗੱਲਾਂ ਦੇ ਤੁਸੀਂ ਜਰੂਰ ਰਿਪਲਾਈ ਕਰੋਗੇ ਕਿਉਂਕਿ ਬੜੇ ਉਤਸੁਕ ਤੁਸੀਂ ਰਹਿੰਦੇ ਹੋ ਤੇ ਬੜੀ ਜੋਸ਼ੋਖ ਰੋਸ਼ ਦੇ ਨਾਲ ਤੁਸੀਂ ਦਲੀਲਾਂ ਨਾਲ ਜਵਾਬ ਦੇਣ ਦਾ ਯਤਨ ਕਰਦੇ ਹੋ ਤੇ ਸੰਗਤ ਨੂੰ ਦੱਸਿਓ ਵੀ ਗੂਗਲ ਤੋਂ ਸਰਚ ਕੀਤੇ ਤੋਂ ਬਗੈਰ ਕਿਹੜੇ ਗ੍ਰੰਥ ਨੇ ਤੁਹਾਡੇ ਕੋਲ ਕਿਹੜੇ ਮਹਾਂਪੁਰਖਾਂ ਦੀ ਕਥਾ ਤੁਹਾਡੇ ਕੋਲ ਹੈ ਜਾਂ ਜਥੇ ਦੇ ਵਿੱਚ ਰਹਿੰਦੇ ਹੋ ਤੁਸੀਂ ਕਿੱਥੇ ਇਹ ਕਥਾ ਸੁਣੀ ਜਾਂ ਕਿਹਨਾ ਮਹਾਂਪੁਰਖਾਂ ਨੇ ਕਥਾ ਕੀਤੀ ਤੇ ਜਿਹੜਾ ਬ੍ਰਹਮ ਕਵਿਚ ਗੁਟਕਾ ਸਾਹਿਬ ਦੇ ਵਿੱਚ ਲਿਖਿਆ ਹੋਇਆ ਤੇ ਸਾਧਗੁਰੂ ਮਹਾਰਾਜ ਜੀ ਦੀ ਰਚਿਤ ਬਚਿਤ੍ਰਨਾਟਕ ਦੇ ਵਿੱਚ ਜਿਹਦਾ ਜ਼ਿਕਰ ਆਉਂਦਾ ਇਹ ਫਿਰ ਦੋਵੇਂ ਇੱਕੋ ਕਿਵੇਂ ਨੇ ਤੇ ਬਾਬਾ ਅਰਨਾਮ ਸਿੰਘ ਜੀ ਨੇ ਜਿਹੜੇ ਬ੍ਰਹਮ ਕਵਿਚ ਦੀ ਗੱਲ ਕੀਤੀ ਆ ਉਸ ਨੂੰ ਤੁਸੀਂ ਕਿਵੇਂ ਸਿੱਧ ਕਰ ਰਹੇ ਹੋ ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਦਾਸ ਵੱਲੋਂ ਹੋਈਆਂ ਬੇਅੰਤ ਗਲਤੀਆਂ ਭੁੱਲਾਂ ਦੀ ਖਿਮਾ ਤੇ ਸੰਗਤ ਨੂੰ ਵੀ ਬੇਨਤੀ ਹੈ ਭਾਈ ਸੁਚੇਤ ਰਹੋ ਜਿੱਥੇ ਚੰਗਾ ਸੋਨੇ ਦੀ ਗੱਲ ਹੋਵੇ ਨਾ ਸੁਨਿਆਰ ਖੋਟ ਕੱਢ ਕੇ ਪਾਸੇ ਰੱਖ ਦਿੰਦਾ ਤੇ ਸ਼ੁੱਧਤਾ ਦੇ ਗਹਿਣੇ ਬਣਾ ਕੇ ਕੜ ਕੇ ਪਾਸੇ ਰੱਖ ਦਿੰਦਾ ਇਸੇ ਪ੍ਰਕਾਰ ਗੁਰੂ ਕਲਗੀਧਰ ਪਿਤਾ ਮਹਾਰਾਜ ਜੀ ਦੀ ਕਿਰਪਾ ਦੁਆਰਾ ਦੰਦਵੀ ਟਕਸਾਲ ਹੀਰੇ ਪੈਦਾ ਕਰਦੀ ਰਹੀ ਹੈ ਤੇ ਪੈਦਾ ਕਰਦੀ ਰਹੇਗੀ ਤੇ ਜਿਹੜੇ ਕੰਕਰ ਤੇ ਪੱਥਰ ਸਮੇਂ-ਸਮੇਂ ਦੇ ਉੱਪਰ ਸੰਤਾਂ ਮਹਾਂਪੁਰਖਾਂ ਦੇ ਸਮੇਂ ਦੇ ਨਾਲ ਵੀ ਆ ਕੇ ਰਲਦੇ ਰਹੇ ਤੇ ਆਪਣੀ ਪੇਟਪੂਰਤੀ ਵਾਸਤੇ ਟਕਸਾਲ ਦਾ ਨਾਮ ਵਰਤਦੇ ਰਹੇ ਉਹਨਾਂ ਦਾ ਨਿਖੇੜਾ ਹੁੰਦਾ ਰਿਹਾ ਤੇ ਅੱਜ ਵੀ ਤੁਸੀਂ ਵੇਖ ਰਹੇ ਹੋ ਕਿ ਸੋਨੇ ਦੇ ਵਿੱਚੋਂ ਉਹ ਮਿਲੀ ਹੋਈ ਖੋਟ ਦੇ ਵਾਂਗੂ ਕਿਸ ਹਾਲ ਨਾਲ ਮੱਥਾ ਲਾਉਣ ਵਾਲੇ ਗੁਰੂ ਕਲਗੀਧਰ ਮਹਾਰਾਜ ਜੀ ਦੀ ਰਹਿਤ ਬਹਿਤ ਦੇ ਨਾਲ ਮੱਥਾ ਲਾਉਣ ਵਾਲੇ ਤੇ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀਆਂ ਨਾਲ ਮੱਥਾ ਲਾਉਣ ਵਾਲੇ ਕਦੇ ਵੀ ਰਲ ਨਹੀਂ ਸਕੇ ਭਾਵੇਂ ਚੋਲੇ ਦਸਤਾਰਾਂ ਸਾਡੇ ਵਰਗੇ ਕਿਉਂ ਨਾ ਹੋਣ ਇਹ ਖੋਟ ਹਮੇਸ਼ਾ ਸਮੇਂ-ਸਮੇਂ ਤੇ ਨਿਕਲਦੀ ਰਹੀ ਹੈ ਤੇ ਹੁਣ ਵੀ ਨਿਕਲ ਕੇ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ